ਸਾਤਰੀਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ ਅਜੋਨੇ ਅਗਸਤ ਦੇ ਦਿਨ ਸੋਮਵਾਰ ਹੈ ਇਸ ਖਾਸ ਬੁਲੇਟਿਨ ਦੇ ਵਿੱਚ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਮੌਸਮ ਵਿਭਾਗ ਨੇ ਅੱਜ ਵੀ ਪੰਜਾਬ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਜਤਾਈ ਸੀ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਪੈਂਦਾ ਰਿਹਾ ਕੱਲ ਤੇ ਪਰਸੋਂ 20 ਤੇ 21 ਅਗਸਤ ਨੂੰ ਪੰਜਾਬ ਹਰਿਆਣਾ ਸਮੇਤ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਹੈ ਦੇਖਦੇ ਹਾਂ ਮੀਂਹ ਪੈਂਦਾ ਕਿ ਨਹੀਂ ਕਿਉਂਕਿ ਜਦੋਂ ਭਵਿੱਖਬਾਣੀ ਹੁੰਦੀ ਹੈ ਮੀਂਹ ਕਈ ਵਾਰੀ ਨਹੀਂ ਪੈਂਦਾ ਜਦੋਂ ਭਵਿੱਖਬਾਣੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਅੱਜ ਸਵੇਰੇ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਮੀਂਹ ਪਿਆ ਫਿਰ ਪੰਜਾਬ ਦੇ ਤਿੰਨ ਹੋਰ ਜ਼ਿਲ੍ਹਿਆਂ ਪਟਿਆਲਾ ਰੂਪਨਗਰ ਸ਼ਹੀਦ ਭਗਤ ਸਿੰਘ ਦੇ ਵਿੱਚ ਦਰਮਿਆਨੇ ਮੀਂਹ ਨਾਲ ਅਸਮਾਨੀ ਬਿਜਲੀ ਚਮਕੀ ਸ਼ਾਮ ਹੁੰਦੇ ਹੁੰਦੇ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਬਠਿੰਡਾ ਲੁਧਿਆਣਾ ਮੋਗਾ ਜਲੰਧਰ ਕਪੂਰਥਲਾ ਹਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਸ਼ੁਰੂ ਹੋ ਗਿਆ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪਿਆ ਨਹੀਂ ਪਿਆ ਜ਼ਰੂਰ ਸਾਨੂੰ ਜਾਣਕਾਰੀ ਦਿਓ ਹਾਲਾਂਕਿ ਸੂਬੇ ਦੇ ਵਿੱਚ ਅੱਜ ਸਵੇਰ ਦਾ ਤਾਪਮਾਨ 0.5 ਡਿਗਰੀ ਵਧ ਗਿਆ ਸੀ ਪਰ ਸ਼ਾਮ ਤੱਕ ਇਹ ਘਟ ਗਿਆ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ 28 ਡਿਗਰੀ ਤਾਪਮਾਨ ਅੱਜ ਦਰਜ ਕੀਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ ਵੀ ਸਵੇਰ ਤੋਂ ਦਰਮਿਆਨਾ ਮੀਂਹ ਰੁਕ ਰੁਕੇ ਕਈ ਵਾਰੀ ਪਿਆ ਉਦਰ ਹਿਮਾਚਲ ਦੇ ਵਿੱਚ ਹੁਣ ਮੌਨਸੂਨ ਦੀ ਰਫ਼ਤਾਰ ਢਿੱਲੀ ਪੈ ਗਈ ਹੈ ਹਾਲਾਂਕਿ ਤਿੰਨ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਸੱਤ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਊਗਾ ਕੁੱਲੂ ਵਿੱਚ ਦਿਨ ਦਾ ਤਾਪਮਾਨ 34 ਡਿਗਰੀ ਤੱਕ ਪਹੁੰਚ ਗਿਆ ਚੰਬਾ ਚ 32 ਮਨਾਲੀ ਵਿੱਚ 27 ਧਰਮਸ਼ਾਲਾ 29 ਤੇ ਕਾਂਗੜਾ ਵੀ 32 ਦਿਹਾੜੇਦਵਾਲੇ ਹੈ ਉੜੀਸ਼ਾ ਦੇ ਵਿੱਚ 48 ਘੰਟਿਆਂ ਦੇ ਵਿੱਚ ਵਿੱਚ ਬਿਜਲੀ ਡਿੱਗਣ ਨਾਲ 15 ਲੋਕਾਂ ਦੀ ਜਾਨ ਚਲੀ ਗਈ ਹੈ ਮੌਸਮ ਵਿਭਾਗ ਨੇ ਅੱਜ ਤੋਂ ਬਾਅਦ ਕੱਲ ਨੂੰ ਵੀ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਸੜਕਾਂ ਸਾਬੇ ਅੰਡਰਪਾਸਟ ਘਰਾਂ ਦੇ ਵਿੱਚ ਮੀਂਹ ਦਾ ਪਾਣੀ ਭਰ ਗਿਆ ਮੌਸਮ ਵਿਭਾਗ ਨੇ ਅਗਲੇ 2 ਦਿਨ ਮੀਂਹ ਦੀ ਤੇਜ਼ ਭਵਿੱਖਬਾਣੀ ਕੀਤੀ ਹੈ ਯੂਪੀ ਦੇ 11 ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਦਾ ਅਲਰਟ ਰਿਹਾ ਪੱਛਮੀ ਬੰਗਾਲ ਦੇ ਵਿੱਚ 21 ਅਗਸਤ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਰਾਜਸਥਾਨ ਦੇ ਵਿੱਚ 22 ਅਗਸਤ ਤੋਂ ਮੌਨਸੂਨ ਐਕਟਿਵ ਹੋਵੇਗਾ 11 ਜ਼ਿਲ੍ਹਿਆਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਮੱਧ ਪ੍ਰਦੇਸ਼ ਦੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ ਤੇਜ਼ ਮੀਂਹ ਪਿਆ ਸਵੇਰੇ ਵਿੱਚ ਮੌਨਸੂਨ ਸੀਜ਼ਨ ਦੀ 76% ਬਾਰਿਸ਼ ਹੁਣ ਤੱਕ ਹੋ ਚੁੱਕੀ ਹੈ ਹੁਣ ਤੁਹਾਨੂੰ ਕੁਝ ਹੋਰ ਖਾਸ ਤੇ ਜ਼ਰੂਰੀ ਖਬਰਾਂ ਦੱਸ ਦਿੰਦੇ ਹਾਂ ਕੱਲੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਦੇ ਵਿੱਚ ਛੁੱਟੀ ਹੈ ਕਿਉਂਕਿ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਰਹੂਮ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਹੈ ਤੇ ਸੰਗਰੂਰ ਦੇ ਡੀਸੀ ਨੇ ਸਾਰੇ ਸਕੂਲ ਕਾਲਜ ਤੇ ਸਾਰੇ ਅਦਾਰੇ ਬੰਦ ਕਰਨ ਦਾ ਐਲਾਨ ਕੀਤਾ ਹੈ ਲੋਂਗੋਵਾਲ ਜੀ ਦੀ ਵਰਸੀ ਮੌਕੇ ਅਕਾਲੀ ਦਲ ਕਾਂਗਰਸ ਦੇ ਵੱਲੋਂ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਜਾਂਦੀਆਂ ਹਨ ਮਰਹੂਮ ਹਰਚੰਦ ਸਿੰਘ ਲੋਂਗੋਵਾਲ ਤਖਸੀਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਵੀ ਸਨ 24 ਜੁਲਾਈ 1950 ਵਿਚ ਉਹਨਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਸਮਝੌਤੇ ਤੇ ਹਸਤਾਖਰ ਵੀ ਕੀਤੇ ਸਨ ਜਿਸ ਨੂੰ ਰਾਜੀਵ ਲੋਂਗੋਵਾਲ ਸਮਝੌਤੇ ਵਜੋਂ ਜਾਣਿਆ ਜਾਂਦਾ ਹੈ ਸਮਝੌਤੇ ਦਾ ਅਕਾਲੀ ਦਲ ਦੇ ਅੰਦਰ ਵੀ ਕਾਫੀ ਵਿਰੋਧ ਸ਼ੁਰੂ ਹੋ ਗਿਆ ਸੀ ਜਿਸ ਤੋਂ ਬਾਅਦ ਲੋਂਗੋਵਾਲ ਨੂੰ 20 ਅਗਸਤ ਨੂੰ 85 ਨੂੰ ਪਟਿਆਲਾ ਤੋਂ 90 ਕਿਲੋਮੀਟਰ ਦੂਰ ਪਿੰਡ ਸ਼ੇਰਪੁਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਸੀ ਕੋਲਕਾਤਾ ਦੀ ਘਟਨਾ ਦੇ ਵਿਰੋਧ ਵਿੱਚ ਅੱਜ ਵੀ ਚੰਡੀਗੜ੍ਹ ਦੇ ਪੀਜੀਆ ਸਮੇਤ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਹੜਤਾਲ ਰਹੀ ਕਈ ਪ੍ਰਾਈ ਵੇਟ ਹਸਪਤਾਲ ਵੀ ਬੰਦ ਰਹੇ ਪੀਜੀਐ ਵਿੱਚ ਹੜਤਾਲ ਦੇ ਬਾਵਜੂਦ ਸਵੇਰੇ 8:00 ਵਜੇ ਤੋਂ ਲੈ ਕੇ 9:30 ਵਜੇ ਤੱਕ ਓਪੀਡੀ ਚ ਪੁਰਾਣੀ ਅਪੁਆਇੰਟਮੈਂਟ ਯਾਨੀ ਕਿ ਪੁਰਾਣੇ ਕਾਰਡਾਂ ਵਾਲੇ ਮਰੀਜ਼ਾਂ ਦੀ ਜਾਂਚ ਤਾਂ ਕੀਤੀ ਗਈ ਪਰ ਨਵੇਂ ਕਾਰਡ ਨਹੀਂ ਬਣਾਏ ਗਏ ਐਮਰਜੈਂਸੀ ਸੇਵਾਵਾਂ ਤਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਨੇ ਇਸੇ ਤਰ੍ਹਾਂ ਗੁਰੂਕਿੰਨਗਰੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਵੀ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ ਰਹੀ ਦੂਰੋਂ ਆਉਣ ਵਾਲੇ ਮਰੀਜ਼ ਵਾਪਸ ਮੁੜ ਗਏ ਅੱਜ ਡਾਕਟਰਾਂ ਨੇ ਹੱਥਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਨਸਾਫ਼ ਮੰਗਿਆ ਡ रहे ਨੇ ਰਾਜਧਾਨੀ ਦਿੱਲੀ ਵਿੱਚ ਏਮਜ਼ ਦੇ ਰੈਜ਼ੀਡੈਂਟ ਡਾਕਟਰ ਸੇਠ ਮੰਤਰਾਲੇ ਦੇ ਬਾਹਰ ओपीडी ਕਰਦੇ ਨਜ਼ਰ ਆਏ ਇੱਥੇ 36 ਵੱਖ-ਵੱਖ ਸਪੈਸ਼ਲਿਸਟ ਡਾਕਟਰਾਂ ਨੇ ਸੇਵਾਵਾਂ ਦਿੱਤੀਆਂ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਸਿਖਿਆਰਥੀ ਮੈਲਾ ਡਾਕਟਰ ਦੇ ਨਾਲ ਕਥਿਤ ਬਲਾਤਕਾਰ ਤੇ ਕਤਲ ਦੇ ਵਿਰੋਧ ਵਿੱਚ ਜੂਨੀਅਰ ਡਾਕਟਰਾਂ ਨੇ ਆਪਣਾ ਵਿਰੋਧ ਇੱਥੇ ਵੀ ਜਾਰੀ ਰੱਖਿਆ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਰਹੀਆਂ ਹਫਤੇ ਦੇ ਪਹਿਲੇ ਦਿਨ ਸਰਕਾਰੀ ਹਸਪਤਾਲਾਂ ਦੇ ਬਾਹਰ ਜਿਹੜੇ ਬਾਹਰੀ ਰੋਗੀ ਵਿਭਾਗ ਯਾਨੀ ਕਿ ਓਪੀਡੀ ਦੇ ਵਿੱਚ ਭਾਰੀ ਭੀੜ ਵੇਖਣ ਨੂੰ ਮਿਲੀ ਜੂਨੀਅਰ ਡਾਕਟਰਾਂ ਦੀ ਬਜਾਏ ਸੀਨੀਅਰ ਡਾਕਟਰ ਮਰੀਜ਼ਾਂ ਦਾ ਇਲਾਜ ਕਰਦੇ ਦੇਖੇ ਗਏ ਇਸ ਕਾਂਡ ਦੇ ਵਿੱਚ ਲਗਾਤਾਰ ਚੌਥੇ ਦਿਨ ਆਰਜੀਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਤੋਂ ਸੀਬੀਆਈ ਨੇ ਪੁੱਛ ਪੜਤਾਲ ਕੀਤੀ ਅਧਿਕਾਰੀਆਂ ਮੁਤਾਬਕ ਕੋਸ਼ ਤੋਂ ਪੁੱਛਿਆ ਗਿਆ ਕਿ ਡਾਕਟਰ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਉਹਨਾਂ ਦੀ ਕੀ ਭੂਮਿਕਾ ਸੀ ਉਸਨੇ ਕਿਸ ਨਾਲ ਸੰਪਰਕ ਕੀਤਾ ਪੀੜਤ ਦੇ ਮਾਪਿਆਂ ਨੂੰ ਕਰੀਬ 3 ਘੰਟੇ ਇੰਤਜ਼ਾਰ ਕਿਉਂ ਕਰਵਾਇਆ ਗਿਆ ਅਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰ ਚੂੜ ਨੇ ਇਸ ਘਟਨਾ ਦਾ ਆਪੂ ਨੋਟਿਸ ਲੈ ਲਿਆ ਹੈ ਤੇ ਚੰਦਰ ਚੂੜ ਸਮੇਤ ਤਿੰਨ ਜੱਜਾਂ ਦੇ ਬੈਂਚ ਖੁਦ ਇਸ ਕਾਂਡ ਦੀ ਸੁਣਵਾਈ ਕਰਨਗੇ 20 ਅਗਸਤ ਕੱਲ ਨੂੰ ਸਵੇਰੇ 10:30 ਵਜੇ ਪਹਿਲੀ ਸੁਣਵਾਈ ਹੋਵੇਗੀ ਕੋਲਕਾਤਾ ਦੇ ਵਿੱਚ ਡਾਕਟਰ ਦੇ ਨਾਲ ਜੋ ਦਰਿੰਦਗੀ ਹੋਈ ਹੈ ਉਸ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਦੇ ਰਾਜਸਥਾਨ ਕਦੇ ਉੱਤਰਾਖੰਡ ਕਿਤਨਾ ਕਿਤੋਂ ਅਜਿਹੀ ਘਟਨਾ ਮਿਲਦੀ ਰਹਿੰਦੀ ਹੈ ਹਰਿਆਣਾ ਦੇ ਰੋहतक ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨਕੇ ਰੋਤਕ ਪੀਜੀਆਈ ਐਮਐਸ ਦੀ ਬੀਡੀਐਸ ਦੇ ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਸ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਮੁਲਜ਼ਮ ਵੀ ਡਾਕਟਰ ਹੈ ਪੁਲਿਸ ਮੁਤਾਬਕ ਬੀਡੀਐਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਨੇ ਐਤਵਾਰ ਰਾਤ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਉਸਨੂੰ ਐਮਡੀ ਐਨਾਟੋਮੀ ਕਰ ਰਹੇ ਡਾਕਟਰ ਨੇ ਅਗਵਾ ਕਰਕੇ ਕੁੱਟਿਆ ਪਜੀਆਈ ਐਮਐਸ ਨੇ ਵੀ ਮਲਜ਼ਮ ਡਾਕਟਰ ਨੂੰ ਕਾਲਜ ਕੰਪਲੈਕਸ ਵਿੱਚ ਕੱਢ ਦਿੱਤਾ ਹੈ ਇੱਥੇ ਦਾਖਲ ਹੋਣ ਤੋਂ ਰੋਕ ਦਿੱਤਾ ਹੈ ਸ਼ਿਕਾਇਤ ਮੁਤਾਬਕ ਮਲਜ਼ਮ ਉਸਨੂੰ ਪਜੀਆਈ ਐਮਐਸ ਤੋਂ ਅਗਵਾ ਕਰਕੇ ਚੰਡੀਗੜ੍ਹ ਲੈ ਗਿਆ ਜਿੱਥੇ ਉਸਨੂੰ ਕੁੱਟਿਆ ਉਸਨੇ ਦਾਅਵਾ ਕੀਤਾ ਕਿ ਰੈਜ਼ੀਡੈਂਟ ਡਾਕਟਰ 7 ਮਹੀਨਿਆਂ ਤੋਂ ਉਸਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਮੁਲਜ਼ਮ ਡਾਕਟਰ ਤੇ ਪੀੜਤਾ ਕਈ ਮਹੀਨਿਆਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ 96% ਭਾਰਤੀਆਂ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਤੇ ਵਿਟਾਮਿਨ ਡੀ ਹੀ ਇੱਕੋ ਇੱਕ ਵਿਟਾਮਿਨ ਹੈ ਜੋ ਸਾਡਾ ਸਰੀਰ ਆਪਣੇ ਆਪ ਬਣਾ ਸਕਦਾ ਹੈ ਇਹਦੇ ਲਈ ਸਾਨੂੰ ਸਿਰਫ ਸੂਰਜ ਦੀ ਰੋਸ਼ਨੀ ਦੀ ਲੋੜ ਹੁੰਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੁਫਤ ਸੂਰਜ ਦੀ ਰੋਸ਼ਨੀ ਮਿਲਣ ਦੇ ਬਾਵਜੂਦ ਵੀ ਅਸੀਂ ਇਹ ਰੋਸ਼ਨੀ ਨਹੀਂ ਲੈਂਦੇ ਦੁਨੀਆ ਦੀ ਲਗਭਗ ਅੱਧੀ ਤੋਂ ਵੱਧ ਆਬਾਦੀ ਵਿਟਾਮਿਨ ਡੀ ਦੀ ਕਮੀ ਨਾਲ ਜੂਝ ਰਹੀ ਹੈ ਸਾਡੇ ਦੇਸ਼ ਵਿੱਚ ਤਾਂ ਮਾਮਲਾ ਹੋਰ ਵੀ ਗੰਭੀਰ ਹੈ ਟਾਟਾ 1 ਮਿਲੀਗ੍ਰਾਮ ਲੈਬ ਦੇ ਇੱਕ ਅਧਿਐਨ ਦੇ ਮੁਤਾਬਿਕ ਭਾਰਤ ਵਿੱਚ ਲਗਭਗ 76% ਲੋਕ ਵਿਟਾਮਿਨ ਡੀ ਦੀ ਕਮੀ ਤੋਂ ਪੀੜਤ ਨੇ ਇਸ ਦਾ ਮਤਲਬ ਹੈ ਕਿ ਹਰ 4 ਦੇ ਵਿੱਚੋਂ 3 ਲੋਕਾਂ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਲੋਕ ਸਨਲਾਈਟ ਦੇ ਵਿੱਚ ਰਹਿੰਦੇ ਹੀ ਨਹੀਂ ਸਿਰਫ ਉਹ ਲੋਕ ਰਹਿੰਦੇ ਨੇ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਨੇ ਜਿਹੜੇ ਹੱਥੀ ਮਿਹਨਤ ਮਜ਼ਦੂਰੀ ਕਰਦੇ ਨੇ ਬਾਹਰ ਦੇ ਵਾਤਾਵਰਣ ਦੇ ਵਿੱਚ ਰਹਿੰਦੇ ਨੇ ਤੇ ਕਲਚਰ ਹੀ ਕਾਰਪੋਰੇਟ ਹੋ ਗਿਆ ਹੈ ਸਾਰਾ ਦਿਨ ਲੋਕ ਅੰਦਰੇ ਅੰਦਰ ਏਸੀਆਂ ਦੇ ਵਿੱਚ ਰਹਿੰਦੇ ਨੇ ਤੇ ਫਿਰ ਸੂਰਜ ਦੀ ਰੋਸ਼ਨੀ ਮਿਲੂਗੀ ਕਿੱਥੋਂ ਭਾਰਤੀ ਮਸਾਲੇ ਇੰਨੇ ਕੁ ਖਤਰਨਾਕ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਤੇਨਾ ਮਸਾਲਿਆਂ ਨੂੰ ਲੈ ਕੇ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਹੀ ਹੈਰਾਨ ਕਰਨ ਵਾਲੀ ਰਿਪੋਰਟ ਪੇਸ਼ ਕੀਤੀ ਹੈ ਐਫਐਸਐਸਏਆਈ ਨੇ 4053 ਮਾਮਲਿਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ ਜਿਸ ਵਿੱਚੋਂ 474 ਨਮੂਨੇ ਫੇਲ ਸਾਬਿਤ ਹੋ ਗਏ ਨੇ ਇਸ ਸਾਰੇ ਮਸਾਲੇ ਗੁਣਵੱਤਾ ਤੇ ਸੁਰੱਖਿਆ ਮਿਆਰਾਂ ਤੇ ਖਰੇ ਹੀ ਨਿਉਤਰੇ। ਬਾਜ਼ਾਰ ਦੇ ਵਿੱਚ ਕੁੱਲ ਮਸਾਲਿਆਂ ਦਾ ਇਹ 12% ਦੇ ਹਨ। ਇਸ ਬਾਲਾ ਇਸੇ ਸਾਲ ਪ੍ਰਾਲਮੀ ਨਿਦੇ ਵਿੱਚ ਵੀ ਸਿੰਗਾਪੁਰ ਤੇ ਹਾਂਗਕਾਂਗ ਦੀਆਂ ਸਰਕਾਰਾਂ ਨੇ ਭਾਰਤੀ ਮਸਾਲਾ ਕੰਪਨੀਆਂ ਵੱਡੀਆਂ ਨੇ ਇਹ ਇਹਨਾਂ ਦੇ ਨਾਮ ਬਹੁਤ ਮਸ਼ਹੂਰ ਨੇ ਐਵਰੇਸਟ ਅਤੇ ਐਮਡੀਐਚ ਇਹਨਾਂ ਦੇ ਮਸਾਲਿਆਂ ਤੇ ਪਾਬੰਦੀ ਲਾ ਦਿੱਤੀ ਸੀ। ਸਿੰਗapore ਤੇ ਹਾਂਗਕਾਂਗ ਦੀ ਸਰਕਾਰਾਂ ਨੇ ਦਾਵਾ ਕੀਤਾ ਸੀ ਕਿ ਐਮਡੀਐਚ ਤੇ ਐਵਰੇਸਟ ਮਸਾਲੇ ਵਿੱਚ ਕੀਟਨਾਸ਼ਕ ਇਥੀਲੀਨ ਆਕਸਾਈਡ ਦੀ ਮਾਤਰਾ ਮਨਜ਼ੂਰੀ ਹੱਦ ਤੋਂ ਵੱਧ ਹੈ ਜੋ ਕੈਂਸਰ ਦਾ ਕਾਰਨ ਬਣਦੀ ਹੈ ਇਸੇ ਕਰਕੇ ਇਹਨਾਂ ਤੇ ਰੋਕ ਲਾਈ ਗਈ ਅਤੇ ਹੁਣ ਜਿਹੜਾ ਹੈਗਾ 4053 ਮਸਾਲਿਆਂ ਦੇ ਨਮੂਨਿਆਂ ਦੇ ਵਿੱਚੋਂ 474 ਫੇਲ ਹੋ ਗਏ ਨੇ ਪੰਜਾਬ ਦੇ ਵਿੱਚ ਸੜਕ ਦੁਰਘਟਨਾ ਵੇਲੇ ਕਿਸੇ ਨੂੰ ਹਸਪਤਾਲ ਪਹੁੰਚਾਉਣ ਤੇ ਫਰਿਸ਼ਤਾ ਨਾਮ ਦੀ ਇਨਾਮ ਸੇਵਾ ਸ਼ੁਰੂ ਕੀਤੀ ਗਈ ਹੈ ਮੈਪ ਮਾਈ ਇੰਡੀਆ ਦੀ ਮਦਦ ਨਾਲ ਮੈਪਲਸ ਮੋਬਾਈਲ ਐਪ ਦੇ ਜ਼ਰੀਏ ਫਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਮਿਲ ਜਾਊਗੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਤੇ ਉਹ ਸੁਖਾਲੇ ਢੰਗ ਨਾਲ ਇਨ੍ਹਾਂ ਹਸਪਤਾਲਾਂ ਤੱਕ ਪਹੁੰਚ ਸਕਣ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਉਹਨਾਂ ਸਾਹ ਕਿ ਇਸ ਦਾ ਮਕਸਦ ਨਿਰਵੇਗਨ ਨੈਵੀਗੇਸ਼ਨ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ ਜਿਸ ਨਾਲ ਉਪਭੋਗਤਾ ਖਾਸ ਕਰਕੇ ਸੜਕ ਦੁਰਘਟਨਾਵਾਂ ਦੀ ਹਾਲਤ ਵਿੱਚ ਨੇੜਲੇ ਹਸਪਤਾਲਾਂ ਦੀ ਤੇਜ਼ੀ ਨਾਲ ਭਾਲ ਕਰਕੇ ਲੋਕ ਸਮੇਂ ਸਿਰ ਪੀੜਤ ਨੂੰ ਹਸਪਤਾਲ ਪਹੁੰਚਾ ਸਕਣ ਭਾਰਤ ਵਿੱਚ ਅੱਜ ਬਲੂ ਸੁਪਰਮੂਨ ਦਿਖਾਈ ਦੇਵੇਗਾ ਇਸ ਸਾਲ 2024 ਦਾ ਪਹਿਲਾ ਸੁਪਰਮੂਨ ਹੋਵੇਗਾ ਭਾਰਤ ਵਿੱਚ ਇਹ ਅੱਜ 19 ਅਗਸਤ ਦੀ ਰਾਤ ਅਤੇ 20 ਅਗਸਤ ਦੀ ਸਵੇਰ ਤੱਕ ਦਿਖਾਈ ਦੇਊਗਾ ਸੁਪਰਮੂਨ ਸ਼ਬਦ ਨੂੰ ਖਗੋਲ ਵਿਗਿਆਨੀ ਰਿਚਰਡ ਨੋਲੇ ਨੇ 1979 ਵਿੱਚ ਵਰਤਿਆ ਸੀ ਸੁਪਰਮੂਨ ਆਮ ਚੰ드ਰਮਾ ਦੇ ਲਗਭਗ 30% ਦੀ ਵੱਧ ਚਮਕਦਾ ਹੁੰਦਾ ਤੇ 14% ਦੀ ਵੱਡਾ ਦਿਖਾਈ ਦਿੰਦਾ 19 ਅਗਸਤ ਨੂੰ ਦੁਪਹਿਰੇ 2:26 ਮਿੰਟ ਤੇ EDT ਤੇ ਚੜਜੂਗਾ ਪਰ ਲੋਕਾਂ ਨੂੰ ਰਾਤ ਨੂੰ ਹੀ ਦਿਖੂਗਾ ਜੇ ਤੁਹਾਡੇ ਕੋਲੇ ਦੂਰਬੀਨ ਹੈ ਚੰਦ ਨੂੰ ਦੇਖਣ ਵਾਲੀ ਤਾਂ ਤੁਸੀਂ ਸੁਪਰਮੂਨ ਦਿਨੇ ਵੀ ਦੇਖ ਸਕਦੇ ਸੀ ਪੂਰਨਵਾਸ਼ੀ ਤੇ ਚੰ드ਰਮਾ ਅਤੇ ਸੂਰਜ ਧਰਤੀ ਤੋਂ ਲਗਭਗ ਉਲਟ ਦਿਸ਼ਾਵਾਂ ਦੇ ਵਿੱਚ ਹੁੰਦੇ ਨੇ ਜਦੋਂ ਚੰਦ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਤਾਂ ਸੁਪਰਮੂਨ ਇੱਕ ਪੂਰਾ ਚੰਨ ਹੁੰਦਾ ਅਸਲ ਦੇ ਵਿੱਚ ਬਲੂ ਮੂਨ ਦਾ ਰੰਗ ਨਾਲ ਕੋਈ ਲੈਣਾ ਦੇਣਾ ਨਹੀਂ ਬਲੂ ਮੂਨ ਦੋ ਤਰ੍ਹਾਂ ਦੇ ਹੁੰਦੇ ਨੇ ਮੌਸਮੀ ਤੇ ਮਹੀਨਾਵਾਰ ਇੱਕ ਮੌਸਮੀ ਨੀਲਾ ਚੰਦਰਮਾ ਉਦੋਂ ਹੁੰਦਾ ਜਦੋਂ ਇੱਕ ਮੌਸਮ ਦੇ ਵਿੱਚ ਚਾਰ ਪੂਰੇ ਚੰਦ ਹੁੰਦੇ ਨੇ 1968 ਤੋਂ ਪੰਜਾਬ ਦੀਆਂ ਧੀਆਂ ਪੈਣਾ ਵਾਗਾ ਬਾਰਡਰ ਤੇ ਜਵਾਨਾਂ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਨੇ ਉਹਨਾਂ ਲਈ ਮਠਾਈ ਲੈ ਕੇ ਪਹੁੰਚਦੀਆਂ ਨੇ ਤੇ ਇਹ ਜਿਹੜੀ ਰਸਮ ਹੈ ਲਗਾਤਾਰ ਜਾਰੀ ਹੈ ਬੀਬੀਕੇ ਡੀਏਵੀ ਕਾਲਜ ਅੰਮ੍ਰਿਤਸਰ ਦੇ ਵਿੱਚ ਬਤੌਰ ਪ੍ਰੋਫੈਸਰ ਅਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲక్ష్ਮੀ ਚਾਵਲਾ ਨੇ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ ਹੁਣ ਦੇਸ਼ ਦੀਆਂ ਕਈ ਸਰਹੱਦਾਂ ਤੱਕ ਪਹੁੰਚੀ ਹੋਈ ਹੈ ਚਾਵਲਾ ਨੇ ਦੱਸਿਆ ਕਿ ਉਸਨੇ ਇਸ ਲੜੀ ਉਦੋਂ ਸ਼ੁਰੂ ਕੀਤੀ ਸੀ ਜਦੋਂ ਕਾਲਜ ਵਿੱਚ ਪ੍ਰੋਫੈਸਰ ਸੀ ਹੁਣ ਝਾਰਖੰਡ ਪੁੰਛ ਹੁਸੈਨੀਵਾਲਾ ਜਨਾਲਾ ਖੇਮਕਰਨ ਪਿੱਖੀਵੰਤੇ ਡੇਰਾ ਬਾਬਾ ਨਾਨਕ ਦੇ ਸਰਹੱਦਾਂ ਇਲਾਕਿਆਂ ਦੇ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਅੱਗੇ ਤੋਰ ਰਹੇ ਨੇ ਹਰਿਆਣਾ ਦੇ 올림픽ਸ ਜੇਤੂ ਖਿਡਾਰੀਆਂ ਨੂੰ ਪੰਜਾਬ ਤੋਂ ਦੁੱਗਣਾ ਇਨਾਮ ਮਿਲਿਆ ਹੈ ਪੈਰਾਸੋਲ림픽ਸ ਦੇ ਵਿੱਚ ਗਏ ਹਰਿਆਣਾ ਦੇ 25 ਖਿਡਾਰੀਆਂ ਦੇ ਖਾਤੇ ਵਿੱਚ ਸਿੱਧਾ ਇਨਾਮੀ ਪੈਸਾ ਟਰਾਂਸਫਰ ਕਰ ਦਿੱਤਾ ਗਿਆ ਇਹਨਾਂ ਦੇ ਵਿੱਚ 8 ਮੈਡਲ ਜੇਤੂ ਖਿਡਾਰੀਆਂ ਨੂੰ ਕਰੋੜਾਂ ਦੇ ਗੱਫੇ ਮਿਲੇ ਨੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਚੋਣ ਜ਼ਾਬਤਾ ਲੱਗਣ ਕਰਕੇ ਖਿਡਾਰੀਆਂ ਦੀ ਇਨਾਮ ਰਾਸ਼ੀ ਲਟਕ ਸਕਦੀ ਹੈ ਕਿਉਂਕਿ ਸੂਬੇ ਦੀ ਖੇਡ ਪਾਲਿਸੀ ਪਹਿਲਾਂ ਤੋਂ ਬਣੀ ਹੋਈ ਸੀ ਇਸ ਲਈ ਸਰਕਾਰ ਨੇ ਸਿੱਧਾ ਹੀ ਪੈਸਾ ਟਰਾਂਸਫਰ ਕਰ ਦਿੱਤਾ ਤੇ ਇਹ ਲਟਕੀ ਨਹੀਂ ਭਾਰਤੀ ਹਾਕੀ ਟੀਮ ਵਿੱਚ ਹਰਿਆਣਾ ਦੇ ਤਿੰਨ ਖਿਡਾਰੀ ਸਨ ਜਿਨ੍ਹਾਂ ਨੂੰ ਕਾਂਸੀ ਦੇ ਤਗਮੇ ਮੁਤਾਬਕ 2.5 ਕਰੋੜ ਦਿੱਤੇ ਗਏ ਜਦਕਿ ਪੰਜਾਬ ਦੇ ਹਾਕੀ ਜਿੱਤੂ ਖਿਡਾਰੀਆਂ ਨੂੰ ਕਾਂਸੀ ਦਾ ਤਗਮਾ ਜਿੱਤਣ ਦੇ ਸਿਰਫ 1-1 ਕਰੋੜ ਮਿਲਿਆ ਹੈ 1.5 ਕਰੋੜ ਦਾ ਨੁਕਸਾਨ ਕਹਿ ਸਕਦੇ ਹਾਂ ਸ਼ੂਟਿੰਗ ਦੇ ਵਿੱਚ ਦੋ ਵਾਰੀ ਦੀ ਕਾਂਸੀ ਤਗਮਾ ਜੇਤੂ ਮਨੁਪਾਕਰ ਨੂੰ 5 ਕਰੋੜ ਮਿਲੇ ਨੇ ਇੱਕ ਤਗਮੇ ਦਾ 2.5 ਕਰੋੜ ਡਬਲ ਸ਼ੂਟਿੰਗ ਵਿੱਚ 브్రాਂਜ਼ ਮੈਡਲ ਜਿੱਤਣ ਵਾਲੇ ਸਰਬਜੋਤ ਸਿੰਘ ਦੇ ਖਾਤੇ ਵਿੱਚ ਵੀ ਸਿੱਧੇ 2.5 ਕਰੋੜ ਟ੍ਰਾਂਸਫਰ ਕਰ ਦਿੱਤੇ ਗਏ ਨੇ ਵਿਨੇਸ਼ ਫੁਗਾਟ ਨੇ ਭਾਵੇਂ 100 ਗ੍ਰਾਮ ਭਾਰਵਾਧ ਦੀ ਵਜ੍ਹਾ ਕਰਕੇ ਕੋਈ ਮੈਡਲ ਨਹੀਂ ਲਿਆ ਸਕੀ ਪਰ ਹਰਿਆਣਾ ਸਰਕਾਰ ਨੇ ਆਪਣੇ ਕੀਤੇ ਐਲਾਨ ਮੁਤਾਬਿਕ ਵਿਨੇਸ਼ ਫੋਗਾ ਫੋਗਾਟ ਨੂੰ ਸਿਲਵਰ ਮੈਡਲ ਤਹਿਤ 4 ਕਰੋੜ ਰੁਪਏ ਦਿੱਤੇ ਹਨ ਖਾਤੇ ਵਿੱਚ ਪੈਸਾ ਜਾ ਚੁੱਕਿਆ ਹੈ ਇਸੇ ਤਰ੍ਹਾਂ ਸਿਲਵਰ ਮੈਡਲ ਨੀਰਜ ਚੋਪੜਾ ਨੂੰ ਵੀ ਪਾਲਿਸੀ ਦੇ ਮੁਤਾਬਿਕ 4 ਕਰੋੜ ਦਿੱਤੇ ਗਏ ਨੇ ਕਾਂਸੀ ਕਾਂਸੀ ਦਾ ਤਗਮਾ ਜੇਤੂ ਪਲਵਾਨ ਅਮਨ ਸਹਿਰਾਵਤ ਨੂੰ ਵੀ 2.5 ਕਰੋੜ ਦਾ ਇਨਾਮ ਮਿਲਿਆ ਹੈ ਤੇ ਅਸੀਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹਾਂ ਵਿਨੇਸ਼ ਫੋਗਾਟ ਨੂੰ ਸਿਰਫ ਸਰਕਾਰ ਤੋਂ ਹੀ ਨਹੀਂ ਬਹੁਤ سارے ਲੋਕਾਂ ਦਾ ਪਿਆਰ ਮਿਲਿਆ ਜਦੋਂ ਦਿੱਲੀ ਤੋਂ ਓਪਨ ਜੀਪ ਦੇ ਵਿੱਚ ਵਿਨੇਸ਼ ਫੋਗਟ ਹਰਿਆਣਾ ਪਹੁੰਚੀ ਸੀ ਤਾਂ ਰਾਹ ਦੇ ਵਿੱਚ ਇੰਨਾ ਕੁ ਸਨਮਾਨ ਹੋਇਆ ਕਿ ਗਿਣਤੀ ਨਹੀਂ ਗਿਣੀ ਜਾ ਸਕਦੀ ਹੁਣ ਸਰਕਾਰ ਤੋਂ ਵੀ ਸਨਮਾਨ ਮਿਲ ਚੁੱਕਿਆ ਹੈ ਅਤੇ ਭਰਾ ਨੇ ਵੀ ਖਾਸ ਤੋਹਫਾ ਦਿੱਤਾ ਹੈ ਵਿਨੇਸ਼ ਫੁਗਾਰ ਦੇ ਜ਼ੋਰਦਾਰ ਸਵਾਗਤ ਤੋਂ ਬਾਅਦ ਰਖੜੀ ਦਾ ਤਿਉਹਾਰ ਫੁਗਾਰ ਦੇ ਲਈ ਖੁਸ਼ੀਆਂ ਲੈ ਕੇ ਆਇਆ ਭਰਾ ਨੇ ਰਖੜੀ ਮੌਕੇ 5-500 ਦੇ ਨੋਟਾਂ ਦੀ ਗੱਠੀ ਦਿੱਤੀ ਜਿਸ ਨੂੰ ਵਿਨੇਸ਼ ਫੁਗਾਰ ਨੇ ਆਪਣੇ ਇੰਸਟਾਗ੍ਰam ਤੇ ਵੀ ਸਾਂਝਾ ਕੀਤਾ ਤੇ ਘਰਦਿਆਂ ਵੱਲੋਂ ਮਿਲਿਆ ਤੋਹਫਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਬਹੁਤ ਹੀ ਖਾਸ ਹੁੰਦਾ ਰਖੜ ਪੁੰਨਿਆਂ ਦੇ ਸਲਾਨਾ ਜੋੜਮੇਲ ਮੌਕੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਪੰਥਕ ਇਕੱਠ ਕੀਤਾ ਗਿਆ ਕਾਂਗਰਸ ਅਤੇ ਬੀਜੇਪੀ ਦੀਆਂ ਸਿਆਸੀ ਕਾਨਫਰੰਸਾਂ ਨਹੀਂ ਦਿਖਾਈ ਦਿੱਤੀ ਸੀਐਮ ਮਾਨ ਕਹਿੰਦੇ ਇਹਨਾਂ ਦੀ ਜ਼ੁਬਾਨ ਸੜ ਜੇ ਜੇ ਸਾਡੇ ਚੰਗੇ ਕੰਮਾਂ ਦੀ ਤਾਰੀਫ਼ ਹੀ ਕਰ ਦੇਣ ਰਖੜ ਪੁੰਨਿਆ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਬਾਬਾ ਬਕਾਲਾ ਦੇ ਇਤਿਹਾਸਿਕ ਗੁਰੂ ਘਰ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਸਜਾਏ ਗਏ ਸਿਆਸੀ ਮੰਚ ਤੇ ਸੀਐਮ ਮਾਨ ਪਹੁੰਚ ਗਏ ਰਖੜ ਪੁੰਨਿਆ ਦੇ ਇਤਿਹਾਸ ਦੀ ਵੀ ਸਾਰੇ ਲੀਡਰਾਂ ਨੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਥੋੜੀ ਥੋੜੀ ਗੱਲ ਕੀਤੀ ਪਰ ਬਾਅਦ ਚ ਆਪਣੀ ਅਸਲੀ ਗੱਲ ਤੇ ਸਾਰੇ ਲੀਡਰ ਆ ਜਾਂਦੇ ਨੇ ਸੀਐਮ ਮਾਨ ਨੇ ਆਪਣੀ ਸਰਕਾਰ ਦੇ ਕੰਮ ਗਿਣਵਾਏ ਵਿਰੋਧੀਆਂ ਤੇ ਨਿਸ਼ਾਨੇ ਵੀ ਲਾਏ ਮંત્રી ਨੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਹਨਾਂ ਦੇ ਆਪਣੇ ਰਾਜ ਵਾਲੇ ਸੂਬਿਆਂ ਦੇ ਵਿੱਚ ਕਰਫਿਊ ਲਾ ਕੇ ਤਿਹਾਰ ਬਣਾਉਣੇ ਪੈਂਦੇ ਨੇ ਜਦਕਿ ਪੰਜਾਬ ਚ ਸਾਰੇ ਜਣੇ ਰਲ ਕੇ ਤਿਹਾਰ ਮਨਾਉਂਦੇ ਨੇ ਸੀਐਮ ਆਰ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਹੱਕ ਵੀ ਮੰਗੇ ਜਦੋਂ ਸੁਰੱਖਿਆ ਦੇ ਮੁੱਦੇ ਤੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੈਂਟਰ ਸਰਕਾਰ ਨੂੰ ਘੇਰ ਰਹੇ ਸਨ ਤਾਂ ਜਿਹੜੇ ਹੈਗੇ ਨੇ ਸਿਆਸੀ ਮਾਹਿਰ ਇਹ ਸੋਚ ਕੇ ਮੁਸਕੜੀਏ ਹੱਸ ਵੀ ਰਹੇ ਸਨ ਕਿ ਪੰਜਾਬ ਦੇ ਵਿੱਚ ਵਿਰੋਧੀ ਭਗਵੰਤ ਮਾਨ ਸਰਕਾਰ ਨੂੰ ਘੇਰਦੇ ਰਹਿੰਦੇ ਨੇ ਇਸੇ ਮੁੱਦੇ ਤੇ ਤੇ ਮੁੱਖ ਮੰਤਰੀ ਨੇ ਇਸ ਮੁੱਦੇ ਤੇ ਕੇਂਦਰ ਸਰਕਾਰ ਨੂੰ ਵਲੇਵਾ ਪਾਇਆ ਉਧਰ ਕੀ ਹੈ ਹਾਲ ਆ ਜਿਹੜੇ ਸਾਨੂੰ ਸੈਂਟਰ ਸੈਂਟਰ ਵਾਲੇ ਕਹਿੰਦੇ ਰਹਿੰਦੇ ਨਾ ਲਾ ਐਂਡ ਆਰਡਰ ਉਹ ਮੈਂ ਕਹਾਂ ਤੁਸੀਂ ਆਪਦਾ ਯੂਪੀ ਦੇਖ ਲਓ ਤੁਸੀਂ ਹਰਿਆਣਾ ਦੇਖ ਲਓ ਆਪਦਾ ਤੁਹਾਨੂੰ ਕਰਫੂ ਲਾਉਣੇ ਪੈਂਦੇ ਆ ਰਾਮ ਨੌਮੀ ਵੇਲੇ ਸਾਡੇ ਇੱਥੇ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੁਰਬ ਸਾਡੀਆਂ ਈਦਾਂ ਸ਼ਬਰੀਦਾਂ ਸਾਡੀਆਂ ਹਨੂਮਾਨ ਜਨਮ ਦਿਨ ਸਾਡੇ ਕ੍ਰਿਸਮਸ ਦੇ ਫੰਕਸ਼ਨ ਅਸੀਂ ਸਾਰੇ ਇਕੱਠੇ ਮਨਾਉਨੇ ਆ ਇਕੱਠੇ ਮਿਲ ਕੇ ਮਨਾਉਨੇ ਆ ਸਾਡੇ ਜੌਂਦੀ ਸਰਕਾਰ ਆਈ ਹੈ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਕਰਫੂ ਨਹੀਂ ਲਾਉਣਾ ਪਿਆ ਆ ਹਰਿਆਣੇ ਵਾਲਿਆਂ ਨੂੰ ਪੁੱਛ ਲਓ ਉਹ ਨੂਨ ਦੇ ਵਿੱਚ ਚਾਰ ਮਹੀਨੇ ਕਰ ਫੁੱਲ ਹੋਣਾ ਪਿਆ ਉਹ ਯੂਪੀ ਚ ਰੋਜ਼ ਹੋਇਆ ਜਾਂ ਪੰਗਾ ਪਿਆ ਹੁੰਦਾ ਸੋ ਸਾਡੇ ਲੋਕ ਤਾਂ ਮਿਲ ਜੁਲ ਕੇ ਰਹਿਣ ਵਾਲੇ ਲੋਕ ਹੈ ਬਸ ਸਾਨੂੰ ਸਾਡੇ ਹੱਕ ਦੇ ਦਿਆ ਕਰੋ ਧੀਕ ਅਸੀਂ ਮੰਗਣ ਨਹੀਂ ਜਾਣਦੇ ਹੱਕ ਅਸੀਂ ਛੱਡਣ ਨਹੀਂ ਜਾਣਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਕਿਹਾ ਕਿ ਹਾਂ ਕਿ ਇਹ ਲੋਕ ਰੋਜ਼ਾਨਾ ਮੇਰੀ ਆਲੋਚਨਾ ਕਰਦੇ ਰਹਿੰਦੇ ਨੇ ਪਰ ਜਦੋਂ ਕਹਿੰਦੇ ਸਾਡੀ ਸਰਕਾਰ ਨੇ ਐਤਵਾਰ ਨੂੰ 1-1 ਕਰੋੜ ਦੇ ਚੈੱਕ ਹਾਕੀ ਖਿਡਾਰੀਆਂ ਨੂੰ ਦਿੱਤੇ 올림픽ਸ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ 15-15 ਲੱਖ ਦਿੱਤੇ ਉਦੋਂ ਕਹਿੰਦੇ ਕੋਈ ਨਹੀਂ ਬੋਲਿਆ ਕਹਿੰਦੇ ਇਹਨਾਂ ਦੀ ਜ਼ੁਬਾਨ ਸੜ ਜੂਗੀ ਜੇ ਇਹਨਾਂ ਨੇ ਮੇਰੀ ਤਾਰੀਫ਼ ਕਰ ਦਿੱਤੀ ਵਿਰੋਧੀਆਂ ਨੂੰ ਸਿਰਫ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦਾ ਫਿਕਰ ਹੈ ਨਵੰਬਰ ਦੇ ਵਿੱਚ ਕਹਿੰਦੇ ਮੈਂ ਤਾਂ ਡਿਬੇਟ ਵੀ ਰੱਖੀ ਸੀ ਪਿਛਲੇ ਸਾਲ ਪਰ ਕਿਸੇ ਪਾਰਟੀ ਦਾ ਲੀਡਰ ਸਾਹਮਣੇ ਨਹੀਂ ਆਇਆ ਬੋਲਣ ਦੀ ਹਿੰਮਤ ਹੀ ਨਹੀਂ ਉਹ ਗੱਲਾਂ ਕਰਨੂ ਨੇ ਆ ਕੱਲ ਮੈਂ ਕਰੋੜ-ਕਰੋੜ ਰੁਪਇਆ ਦਿੰਦਾ ਹੈ ਪਲੇਅਰਾਂ ਨੂੰ ਆ ਪਰਸੋਂ ਨੌਕਰੀਆਂ ਦਿੱਤੀਆਂ 416 ਉਹ ਤੋਂ ਪਹਿਲਾਂ ਪੁਲਿਸ ਦੇ ਵਿੱਚ ਨੌਕਰੀਆਂ ਦਿੱਤੀਆਂ ਕੋਈ ਇੱਕ ਬੋਲਿਆ ਵੀ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਨਾ ਕੋਸੇ ਵਿਰੋਧੀ ਪਾਰਟੀ ਵਾਲੇ ਨੇ ਕਿਹਾ ਕਿਹਾ ਜੀ ਸਾਡੇ ਜਿਹੜੇ ਪਲੇਅਰ ਗਏ ਸੀ 올림픽 ਚ ਕਰੋੜ ਕਰੋੜ ਰੁਪਈਆ ਉਹਨਾਂ ਨੂੰ ਦੇਤਾ ਤੇ 15-15 ਨਾਲ ਕੋਹਨਾਂ ਨੂੰ ਵੀ ਦੇਤਾ ਜਿਹੜੇ ਗਏ ਸੀ ਮੈਡਲ ਭਾਵੇਂ ਨਹੀਂ ਆਇਆ ਪਰ ਗਏ ਸੀ ਕੋਈ ਬੋਲਿਆ ਜबान ਸੜ ਜੇ ਇਹਨਾਂ ਦੀ ਕਿ ਜੇ ਮੂੰਹੋਂ ਕੋਈ ਅੱਖਰ ਨਿਕਲ ਨਾ ਜੀ ਤਾਰੀਫ ਨਹੀਂ ਕਰਦੀ ਬਸ ਉਹੀ ਭਗਵੰਤ ਮਾਨ ਤੇ ਤਵਾ ਲਾਉਣ ਸੀਮਾ ਨੇ ਦਾਵਾ ਕੀਤਾ ਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੀ ਸ਼ਰਧਾਂਜਲੀ ਦਾ ਮੁੱਦਾ ਚੁੱਕਿਆ ਸੀ ਸ਼ਹਾਦਤ ਦਾ ਮੁੱਦਾ ਚੁੱਕਿਆ ਸੀ ਪਰ ਅਕਾਲੀ ਦਲ ਨੇ ਅੱਜ ਤੱਕ ਕਦੇ ਇੱਕ ਵੀ ਸ਼ਬਦ ਨਹੀਂ ਬੋਲਿਆ ਉਹਨਾਂ ਦੀ ਜ਼ੁਬਾਨ ਕਿਹਨੇ ਫੜ ਕੇ ਰੱਖੀ ਹੈ ਹੁਣ ਜੇ ਅਕਾਲੀ ਦਲ ਦੀ ਕਾਨਫਰੰਸ ਦੀ ਗੱਲ ਕਰ ਲਈਏ ਤਾਂ ਇਸ ਕਾਨਫਰੰਸ ਦੇ ਵਿੱਚ ਸਭ ਦੇ ਨਿਸ਼ਾਨੇ ਤੇ ਅਮਰਿਤਪਾਲ ਸਿੰਘ ਰਹੇ ਸਭ ਤੋਂ ਤਿੱਖੇ ਨਿਸ਼ਾਨੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਲਾਏ ਗੰਭੀਰ ਇਲਜ਼ਾਮ ਤੱਕ ਲਾਏ ਬਾਬਾ ਬਕਾਲਾ ਸਾਹਿਬ ਕਾਲੇਦਲ ਦੀ ਸਿਆਸੀ ਕਾਨਫਰੰਸ ਦੇ ਵਿੱਚ ਬੰਦੀ ਸਿੰਘ ਖੇੜਾ ਪਹੁੰਚੇ ਹੋਏ ਸਨ ਉਹਨਾਂ ਨੇ ਕਡੂਰ ਸਾਹਿਬ ਤੋਂ ਆਜ਼ਾਦ ਐਮਪੀ ਵਜੋਂ ਜਿੱਤੇ ਅੰਮ੍ਰਿਤਪਾਲ ਸਿੰਘ ਅਤੇ ਸਰਬੱਤ ਖਾਲਸਾ ਦੇ ਜਥੇਦਾਰਾਂ ਤੇ ਜਮ ਕੇ ਨਿਸ਼ਾਨੇ ਲਾਉਂਦਿਆਂ ਕਿ ਹਾਂ ਕਿ ਵਿਦੇਸ਼ 'ਚ ਬੈਠੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਰਫ ਬੰਦੀ ਸਿੰਘਾਂ ਦੇ ਨਾਂ ਤੇ ਪੈਸਾ ਇਕੱਠਾ ਕਰਦੇ ਨੇ ਅਮਰਿਤਪਾਲ ਸਿੰਘ ਦਾ ਨਾਮ ਤਾਂ ਨਹੀਂ ਲਿਹਾ ਲਿਆ ਪਰ ਕਹਿੰਦੇ ਗ੍ਰਿਫਤਾਰੀ ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਪੰਜਾਬ ਦੀਆਂ ਮੁਸ਼ਕਲਾਂ ਦਾ ਹੱਲ ਸਿਰਫ ਖਾਲਿਸਤਾਨ ਹੈ ਇਹਦੇ ਲਈ ਅਸੀਂ ਸੀਸ ਵੀ ਦੇ ਦਿਆਂਗੇ ਪਰ ਜੇਲ੍ਹ गए 1.5 ਸਾਲ ਵੀ ਨਹੀਂ ਹੋਇਆ ਰਿਹਾਈ ਦੇ ਲਈ ਚਿੱਠੀਆਂ ਤੇ ਚਿੱਠੀਆਂ ਲਿਖ ਰਹੇ ਨੇ ਜੇਲ੍ਹਾਂ ਵਿੱਚ ਬੈਠੇ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਹਨਾਂ ਦੀ ਰਿਹਾਈ ਦੀ ਮੰਗ ਤਾਂ ਇਹ ਕਦੇ ਕਰਦੇ ਹੀ ਨਹੀਂ ਆਖਿਰਕਾਰ ਕਿਉਂ ਜਿਹੜੇ ਇੱਥੇ ਅੱਗ ਲਾ ਕੇ ਦੇ ਬਾਹਰ ਜਾ ਕੇ ਕੋਈ ਅਮਰੀਕਾ 'ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ ਉਹ ਬੰਦੀ ਸਿੰਘਾਂ ਦੇ ਨਾਂ ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ ਇੱਧਰ ਪਰਿਵਾਰ ਪਾਲੀ ਜਾਂਦੇ ਦੁੱਧ ਆਰਾਮ ਮ제 ਲਈ ਜਾਂਦੇ ਉਹਨਾਂ ਨੇ ਸਾਡੇ ਨਾਂ ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ ਦੇ ਪਰ ਦਿੱਤਾ ਕਿਸੇ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ ਜਦੋਂ ਮੈਂ ਪਹਿਲੀ ਸੁੱਟੀ ਆਇਆ ਮੇਰੇ ਘਰ ਜਿੱਦਾਂ ਆਪਾਂ ਪੰਜਾਬੀ ਕਹੈ ਦਿੰਨਾ ਭੰਗ ਭੁੱਜਦੀ ਭੰਗ ਕੱਚੇ ਕੋਠੇ 2016 ਚ ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਨੂੰ ਪੰਜਾਬ ਲਿਆਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ ਜਿੱਥੇ ਉਪ ਮੁੱਖ ਮੰਤਰੀ ਸਾਹਿਬ ਹੀ ਸੀ ਇਹਨਾਂ ਸਾਡੀ 2016 ਦੇ 2015 ਚ ਲਿਆਂਦਾ 2016 ਚ ਸੁੱਟੀ ਸ਼ੁਰੂ ਕੀਤੀ 25 ਸਾਲਾਂ ਬਾਅਦ ਜਦੋਂ ਘਰ ਗਏ 2017 ਚ ਘਰ ਦਿਆਂ ਆਨੰਦ ਕਾਰਜ ਕੀਤਾ ਸਾਧ ਸੰਗਤ ਤੇ ਵਿਆਹ ਦਾ ਅੱਜ ਦਿਨ ਪਹਿਲਾ ਦਿਨ ਹੀ ਤੇ ਅਹੀਂ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਕਾਦੀ ਬੈੱਡ ਤੋਂ ਐ ਸਾਈਡ ਨੂੰ ਇਹ ਜਿੱਦਣ ਨੂੰ ਪਾਸਾ ਮੋੜੀਏ ਉਧਰ ਹੀ ਉੱਤੋਂ ਪਾਣੀ ਵਗੇ ਐ ਜਿੱਦਾਂ ਪ੍ਰਣਾਲਾ ਚੱਲਦਾ ਗੁਰਦੀਪ ਸਿੰਘ ਖੇੜਾ ਨੇ ਸਿਮਰਨਜੀਤ ਸਿੰਘ ਮਾਨ ਤੇ ਵੀ ਸਿਰਫ ਲੋਕਾਂ ਦੀਆਂ ਭਾਵਨਾਵਾਂ ਨਾਲ ਖੇੜ ਕੇ ਨੌਜਵਾਨਾਂ ਨੂੰ ਮਰਵਾਉਣ ਦੇ ਇਲਜ਼ਾਮ ਲਾਏ ਕਹਿੰਦੇ ਪਹਿਲਾਂ ਇਹ ਜਦੋਂ ਲੋਕ ਸਭਾ ਗਏ ਕਹਿੰਦੇ ਅਸੀਂ ਬਿਨਾਂ ਕਿਰਪਾਨ ਦੇ ਪਾਰਲੀਮੈਂਟ ਚ ਦਾਖਲ ਨਹੀਂ ਹੋਣਾ ਦੂਸਰੀ ਪਾਸ ਦੂਸਰੀ ਵਾਰੀ ਜਿੱਤੇ ਬਿਨਾਂ ਕਿਰਪਾਨ ਦੇ ਚਲੇ ਗਏ ਤੀਸਰੀ ਵਾਰੀ ਕਹਿੰਦੇ ਦੀਪ ਸਿੱਧੂ ਤੇ ਮੂਸੇਵਾਲੇ ਦੇ ਨਾਮ ਤੇ ਇਹ ਪਾਰਲੀਮੈਂਟ ਦੀ ਸੀਟ ਜਿੱਤ ਕੇ ਗਏ ਖੇੜਾ ਨੇ ਕਿਹਾ ਕਿ ਸਾਡੀ ਰਿਹਾਈ ਨਾ ਹੋਣ ਦੇ ਯਾਨੀ ਕਿ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਦੇ ਤਿੰਨ ਜਣੇ ਜ਼ਿੰਮੇਦਾਰ ਨੇ ਪਹਿਲਾ ਜਸਵੀਰ ਸਿੰਘ ਰੋਡੇ ਦੂਸਰਾ ਬਲਜੀਤ ਸਿੰਘ ਦਾਦੂਵਾਲ ਤੇ ਤੀਜਾ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਜਦੋਂ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਤਾਂ ਉਹ ਕਹਿੰਦੇ ਸੀ ਵਿਕਾਸ ਦੀ ਗੱਲ ਕਰੋ ਬੰਦੀ ਸਿੰਘਾਂ ਦੀ ਨਹੀਂ ਖੇੜਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ 1988 ਦੀ ਘਟਨਾ ਲਈ ਜਸਵੀਰ ਸਿੰਘ ਰੋਡੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦਾ ਹੁਕਮ ਦਿੱਤਾ ਜਾਵੇ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕੇਂਦਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਹਾਂ ਕਿ ਆਰਐਸਐਸ ਦੇ ਜ਼ਰੀਏ ਸਾਡੇ ਗੁਰੂਕਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਤੇ ਇਹਦੇ ਵਿੱਚ ਪੰਥ ਦੇ ਗਦਾਰ ਜਸਵੀਰ ਸਿੰਘ ਰੋਡੇ ਤੇ ਦਦ ਗੁਰਦੁਆਰ੍ਹ ਵਰਗੇ ਬੰਦੇ ਹੀ ਸੈਂਟਰ ਦੀ ਮਦਦ ਕਰ ਰਹੇ ਨੇ ਆਪਣੀ ਤਾਕਤ ਨੂੰ ਵੰਡੀ ਹੋਣ ਕਰਕੇ ਹੋ ਕੀ ਰਿਹਾ ਹੁਣ ਤੁਹਾਡੇ ਗੁਰੂ ਘਰ ਵੀ ਤੁਹਾਡੇ ਕੋ ਦੋ ਖੁਸ ਗਏ ਹੈ ਮੈਂ ਪੁੱਛਣਾ ਚਾਹਣਾ ਖਾਲਸਾ ਜੀ ਆਪਣੀ ਤਾਕਤ ਸ਼੍ਰੀ ਕਾਲ ਤਖਤ ਸਾਹਿਬ ਦੀ ਅਗਵਾਈ ਹੈ ਆਪਣੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣੀ ਤਾਕਤ ਸ਼੍ਰੋਮਣੀ ਕਾਲੀ ਦਲਾ ਹੈ ਪਰ ਅੱਜ ਉਹਨਾਂ ਤਾਕਤਾਂ ਨੇ ਐ ਜੇ ਸਿੱਖ ਖੜੇ ਕਰਦੇ ਜਿਨ੍ਹਾਂ ਦੀ ਸ਼ਕਲ ਸਿੱਖਾ ਮੰਗੂ ਪਰ ਹਵਾਜ਼ ਕਾ ਮੰਗੂ ਪਰ ਉਹਨਾਂ ਵਿੱਚ ਐ ਜੀ ਗੱਦਾਰੀ ਹੈ ਜਿਹਦਾ ਨਿਸ਼ਾਨਾ ਕੋਈ ਇੱਕ ਹੈ ਸਿੱਖ ਕੌਮ ਦੇ ਖਿਲਾਫ ਚੱਲ ਕੇ ਕੌਮ ਦੀਆਂ ਸਾਰੀਆਂ ਇੰਸਟੀਚੂਨਸ ਨੂੰ ਖਤਮ ਕਰਨਾ ਹੈ ਸੁਭੀਰ ਸਿੰਘ ਬਾਦਲ ਨੇ ਇੱਕ ਵਾਰੀ ਫੇਰ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਤਰਲਾ ਮਾਰਦਿਆਂ ਕਿਹਾ ਕਿ ਕੇਂਦਰ ਸਰਕਾਰ ਮੁਸਲਮਾਨਾਂ ਦਾ ਵਕਫ ਬੋਰਡ ਦਾ ਐਕਟ ਬਦਲ ਰਹੀ ਹੈ ਕਿਉਂਕਿ ਉਹਨਾਂ ਕੋਲੇ ਆਪਣੀ ਪਾਰਟੀ ਹੀ ਨਹੀਂ ਹੈ ਸਾਡੇ ਕੋਲੇ ਤਾਂ ਆਪਣੀ ਪਾਰਟੀ ਹੈ ਇਹਨੂੰ ਬਚਾਉਣ ਦੀ ਲੋੜ ਹੈ ਜੇ ਅਸੀਂ ਇੱਕ ਝੰਡੇ ਹੇਟਾਂ ਖੜੇ ਨਾ ਹੋਏ ਤਾਂ ਸਾਰਾ ਕੁਝ ਬਰਬਾਦ ਹੋ ਜਾਊਗਾ ਕਾਨਫਰੰਸ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਹੋਏ ਸਨ ਮਹੀਨਿਆਂ ਬਾਅਦ ਉਹ ਜਨਤਕ ਤੌਰ ਤੇ ਨਜ਼ਰ ਆਏ ਤੇ ਮਜੀਠੀਆ ਨੇ ਪਹਿਲੀ ਵਾਰੀ ਬਾਗੀ ਲੀਡਰਾਂ ਤੇ ਖੁੱਲ ਕੇ ਹਮਲਾ ਕਰਦਿਆਂ ਕਿਹਾ ਕਿ ਹਾਂ ਕਿ ਬੇਸ਼ਰਮੀ ਦੀ ਵੀ ਹੱਦ ਹੁੰਦੀ ਜਦੋਂ ਹੱਥ ਵਿੱਚ ਰਾਜਪਾਲ ਸੀ ਉਸ ਵੇਲੇ ਤਾਂ ਕੋਈ ਬੋਲਿਆ ਨਹੀਂ ਹੁਣ ਸਾਰੇ ਬਾਗੀ ਆਵਾਜ਼ਾਂ ਚੁੱਕ ਰਹੇ ਨੇ ਸਾਰੇ ਕਹਿੰਦੇ ਮੌਕਾ ਪ੍ਰਸਤ ਨੇ ਮਜੀਠੀਆ ਨੇ ਬਿਨਾ ਅਮਰਿਤਪਾਲ ਸਿੰਘ ਦਾ ਨਾਮ ਲਈ ਕਿਹਾ ਕਿ ਸਾਨੂੰ ਬੰਦੀ ਸਿੰਘਾਂ ਦੇ ਵਿੱਚ ਫਰਕ ਕਰਨਾ ਪਊਗਾ ਕੁਝ ਲੋਕ ਆਪਣੇ ਸਾਥੀਆਂ ਨੂੰ ਜੇਲ੍ਹ ਚੋਂ ਛਡਾਉਣ ਦੇ ਲਈ ਸਲਾਖਾਂ ਪਿੱਛੇ ਗਏ ਨੇ ਜਦਕਿ ਗੁਰਦੀਪ ਸਿੰਘ ਖੇੜਾ ਵਰਗੇ ਬੰਦੀ ਸਿੰਘਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਪੰਥ ਤੋਂ ਸਟੇਜ ਤੋਂ ਸੱਚ ਬੋਲਣ ਤੇ ਕਹਿੰਦੇ ਮੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਇੱਕ ਚੈਨਲ ਨੂੰ ਮਿਲੀ ਫਟਕਾਰ ਦਾ ਜ਼ਿਕਰ ਕਰਦਿਆਂ ਵੀ ਸੀਐਮ ਤੇ ਤੰਝ ਕਸਿਆ ਸੁਖਬੀਰ ਸਿੰਘ ਬਾਦਲ ਨੇ ਵੀ ਅਮਰਿਤਪਾਲ ਸਿੰਘ ਦਾ ਨਾਮ ਲਏ ਬਿਨਾ ਕਿਹਾ ਕਿ ਸ਼ਕਲ ਨਾ ਵੇਖੋ ਦਿਲ ਵੇਖੋ ਪੰਥਕ ਕੌਣ ਹੈ ਇੱਕ ਦਿਨ ਦੇ ਵਿੱਚ ਬਣਿਆ ਲੀਡਰ ਤੁਹਾਡੇ ਨਾਲ ਕਦੇ ਨਾ ਕਦੇ ਠੱਗੀ ਜ਼ਰੂਰ ਮਾਰੂਗਾ ਤੇ ਹੁਣ ਤੀਸਰੇ ਥਾਂ ਤੇ ਚੱਲਦੇ ਹਾਂ ਕਿ ਪੰਥਕ ਇਕੱਠ ਦੇ ਵਿੱਚ ਕੀ ਹੋਇਆ ਅਮਰਿਤਪਾਲ ਦੇ ਹੱਕ ਵਿੱਚ ਹੋਇਆ ਪੰਥਕ ਇਕੱਠ ਤਕਰੀਬਨ ਤਕਰੀਬਨ ਐਸਜੀਪੀਸੀ ਚੋਣ ਤੇ ਕੇਂਦਰਿਤ ਰਿਹਾ ਬਾਬਾ ਬਕਾਲਾ ਸਾਹਿਬ ਚ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਪੰਥਕ ਇਕੱਠ ਜਿਹੜਾ ਬੁਲਾਇਆ ਸੀ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਤੇ ਵੱਖ-ਵੱਖ ਜਥੇਬੰਦੀਆਂ ਦੇ ਸਿੱਖ ਲੀਡਰ ਵੀ ਪਹੁੰਚੇ ਇਸ ਮੌਕੇ ਸਿੱਖ ਕੌਮ ਨਾਲ ਜੁੜੇ ਵੱਡੇ ਪੰਥਕ ਆਗੂਆਂ ਤੇ ਧਰਮ ਪ੍ਰਚਾਰਕਾਂ ਦੇ ਨਾਲ-ਨਾਲ ਐਮਪੀ ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਵੀ ਮੰਚ ਤੋਂ ਸੰਬੋਧਨ ਕੀਤਾ ਇਸ ਦੌਰਾਨ 6 ਮਤੇ ਵੀ ਪਾਸ ਕੀਤੇ ਗਏ ਇਹਨਾਂ ਮਤਿਆਂ ਵਿੱਚ ਐਸਜੀਪੀਸੀ ਦੀਆਂ ਚੋਣਾਂ ਛੇਤੀ ਕਰਵਾਉਣ ਬੰਦੀ ਸਿੰਘਾਂ ਦੀ ਰਿਹਾਈ ਕਿਸਾਨਾਂ ਦੇ ਸੰਘਰਸ਼ ਵਿੱਚ ਸਾਥ ਦੇ ਆਪ ਵੱਡੀ ਮੁਹਿੰਮ ਚਲਾਉਣ ਦੇ ਨਾਲ ਨਾਲ ਸਭ ਤੋਂ ਅਹਿਮ ਮਤਾ ਸਰਕਾਰ ਨੂੰ ਦਿੱਤਾ ਗਿਆ ਅਲਟੀਮੇਟਮ ਹੈ ਇਹਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇ 20 ਅਕਤੂਬਰ ਤੱਕ ਅਮਰਿਤਪਾਲ ਸਿੰਘ ਅਤੇ ਹੋਰ ਸਿੰਘਾਂ ਦੀ ਰਿਹਾਈ ਨਾ ਹੋਈ ਤੇ ਸ਼੍ਰੀ ਅਕਾਲ ਤਖਤ ਸੇਵਾ ਕੇ ਅਰਦਾਸ ਕਰਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਊਗਾ ਫਰੀਦਕੋਟ ਤੋਂ ਐਮਪੀ ਸਰਵਜੀਤ ਸਿੰਘ ਨੇ ਪੰਥਕ ਇਕੱਠ ਵਿੱਚ ਬੋਲਦਿਆਂ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਅਮਰਿਤਪਾਲ ਸਿੰਘ ਦੇ ਮੁੱਦੇ ਤੇ ਪਾਰਲੀਮੈਂਟ 'ਚ ਬੋਲਣ ਹੀ ਨਹੀਂ ਦਿੱਤਾ ਗਿਆ ਜਦਕਿ ਸੌਦਾ ਸਾਰ ਨੂੰ ਬਾਹਰ ਕੱਢਣ ਦੇ ਲਈ ਨਵਾਂ ਕਾਨੂੰਨ ਸਰਕਾਰਾਂ ਨੇ ਬਣਾ ਦਿੱਤਾ ਪੰਜਾਬ ਦਾ ਭਲਾ ਕਰਦਾ ਹੈ ਉਹ ਸੈਂਟਰ ਦੀਆਂ ਨਜ਼ਰਾਂ ਦੇ ਵਿੱਚ ਚੁੱਪਦਾ ਹੀ ਚੁੱਪਦਾ ਹੈ ਸਾਹ ਸੰਗਤ ਜੀ ਮੈਂ ਪਾਰਲੀਮੈਂਟ ਦੇ ਵਿੱਚ ਬਹੁਤ ਜ਼ੋਰ ਲਾਇਆ ਬੋਲਣ ਦਾ ਅਮਰਤਪਾਲ ਬਾਰੇ ਕਿ ਉਹਨੂੰ ਰਿਹਾ ਕਰਨਾ ਚਾਹੀਦਾ ਹੈ ਮੈਨੂੰ ਟਾਈਮ ਨਹੀਂ ਦਿੱਤਾ ਮੈਂ 5 6 ਵਾਰੀ ਅਰਜੀ ਦਿੱਤੀ ਹੈ ਨਹੀਂ ਬੋਲਣ ਦਿੱਤਾ ਗਿਆ ਸਾ ਸੰਗਤ ਸਰਕਾਰ ਕੀ ਕਹਿੰਦੀ ਅਮਰਤਪਾਲ ਬਾਰੇ ਬਈ ਨੂੰ ਸਮਾਜ ਤੋਂ ਖਤਰਾ ਹੈ ਸਰਵਜੀਤ ਸਿੰਘ ਨੇ ਭਗਵੰਤ ਮਾਨ ਸਰਕਾਰ ਤੇ ਇਲਜ਼ਾਮ ਲਾਇਆ ਕਿ ਪ੍ਰਦੀਪ ਕਲੇਰ ਦੀ ਗਵਾਹੀ ਦੇ ਬਾਵਜੂਦ ਸੌਦਾ ਸਾਧ ਨੂੰ ਫੜਿਆ ਨਹੀਂ ਗਿਆ ਉਹਨਾਂ ਨੇ ਐਲਾਨ ਕੀਤਾ ਕਿ ਜੇ 1 ਮਹੀਨੇ ਦੇ ਅੰਦਰ-ਅੰਦਰ ਰਾਮ ਰਹੀਮ ਦੀ ਗ੍ਰਿਫਤਾਰੀ ਨਾ ਹੋਈ ਪੰਜਾਬ ਪੁਲਿਸ ਦੇ ਵੱਲੋਂ ਤਾਂ ਵੱਡਾ ਸੰਘਰਸ਼ ਕਰਾਂਗੇ ਐਸਜੀਪੀਸੀ ਦੀਆਂ ਚੋਣਾਂ ਦੇ ਲਈ ਉਹਨਾਂ ਨੇ ਵਾਅਦਾ ਤੋਂ ਵਾਅਦਾ ਵੋਟਾਂ ਬਣਾਉਣ ਦੀ ਵੀ ਲੋਕਾਂ ਨੂੰ ਅਪੀਲ ਕੀਤੀ ਤਾਂ ਕਿ ਕਮੇਟੀ ਨੂੰ ਪਖੰਡੀਆਂ ਤੋਂ ਆਜ਼ਾਦ ਕਰਵਾਇਆ ਜਾ ਸਕੇ ਆਦੇ ਇਸ਼ਾਰੇ ਤੇ ਮੌੜ ਬੰਬ ਕਾਂਡ ਹੋਇਆ ਜਿਹੜਾ ਸਾਰੀ ਗੁੱਥੀ ਸੁਲਝੀ ਪਈ ਹੈ 7 ਜਣੇ ਸ਼ਹੀਦ ਹੋਏ ਛੇ ਬੱਚੇ ਇੱਕ ਪੁਖਾਰੀ ਪਰ ਉਹਨੂੰ ਨਹੀਂ ਫੜਿਆ ਜਾ ਰਿਆ ਸਾਰਾ ਕੁਝ ਕਲੇਰ ਨਹੀਂ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗਵਾਹੀ ਦਿੱਤੀ ਹੈ ਬੇਅਦਬੀ ਬਾਰੇ ਉਹ ਸਾਰੇ ਤਾਰ ਖੁੱਲ ਕੇ ਸੌਦੇ ਸਾਧ ਦੇ ਡੇਰੇ ਤੱਕ ਗਏ ਆ ਵਿੱਚ ਹੀ ਉਹਦੇ ਆਹੀ ਕੇਸ ਖੁੱਲਿਆ ਹੈ ਆ ਕੇਸ ਖੁੱਲਣ ਦੇ باوجود ਵੀ ਭਗਵੰਤ ਮਾਨ ਸਰਕਾਰ ਉਹਨੂੰ ਫੜਨ ਦਾ ਆਰਡਰ ਨਹੀਂ ਦਿੰਦੀ ਕਿਉਂ ਸਿਰਫ ਵੋਟਾਂ ਕਰਕੇ ਇਸ ਲਈ ਸਾਂਗਤ ਆਪਾਂ ਨੂੰ ਇੱਕ ਸਰਕਾਰ ਨੂੰ ਅਲਟੀਮੇਟਮ ਦੇਣਾ ਚਾਹੀਦਾ ਹੈ ਜੇ 1 ਮਹੀਨੇ ਦੇ ਵਿੱਚ ਇਹਨਾਂ ਨੇ ਸੌਦੇ ਸਾਧ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਵੀ ਆਪਾਂ ਨੂੰ ਵੀ ਕੋਈ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ ਅਖੀਰ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਕਿਹਾ ਕਿ ਸਾਨੂੰ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਨਾ ਹੀ ਬੰਦੀ ਸਿੰਘ ਛੱਡੇ ਅਮਰਿਤਪਾਲ ਸਿੰਘ ਨੂੰ ਬੌਮਤ ਨਾਜ਼ ਦਿਤੌਣ ਦੇ ਬਾਵਜੂਦ ਉਸ ਨੂੰ ਸਰਕਾਰ ਰਹਿਣ ਨਹੀਂ ਕਰ ਰਹੀ ਸਾਡੇ ਨੌਜਵਾਨਾਂ ਨੂੰ ਹੁਣ ਵੱਦ ਤੋਂ ਵੱਦ ਗਿਣਤੀ ਵਿੱਚ ਸਿਆਸਤ ਵਿੱਚ ਆਉਣਾ ਪਊਗਾ ਇਸ ਦੀ ਸ਼ੁਰੂਆਤ ਐਸਪੀਸੀ ਦੀਆਂ ਚੋਣਾਂ ਵਿੱਚ ਵੋਟਾਂ ਬਣਾ ਕੇ ਕਰੋ ਸ਼੍ਰੋਮਣੀ ਕਮੇਟੀ ਉਹਨਾਂ ਵੀ ਲਾਗੂ ਨਹੀਂ ਕਰ ਰਹੀ ਦੂਸਰਾ ਜਿਹੜਾ ਆਪਾਂ ਇੱਕ ਜਿਹੜੀ ਸਾਡੇ ਕਿਸਾਨਾਂ ਦੀ ਆ ਜਾਂ ਸਾਡੇ ਨੌਜਵਾਨਾਂ ਦੀ ਆ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਹੋਰ ਤੁਸੀਂ ਐਡੀ ਬਹੁਮਤ ਦੇ ਬਾਅਦ ਜਿਤਾਉਣ ਦੇ باوجود ਵੀ ਸਰਕਾਰ ਉਹਨਾਂ ਅਮਰਪਾਲ ਨੂੰ ਜਾਂ ਹੋਰ ਉਹਨਾਂ ਦੇ ਜਿਹੜਾ ਸਾਥੀਆਂ ਤੇ ਐਨਐਸਏ ਹੋਰ ਵਧਾ ਰਹੀ ਆ ਉਹਨੂੰ ਛੱਡ ਨਹੀਂ ਰਹੀ ਇਹ ਜਿਹੜਾ ਕੇਸ ਜਿਹੜਾ ਕੇਸ ਆਪਣੇ ਸਾਰਿਆਂ ਨੂੰ ਇੱਕ ਬਹੁਤ ਵੱਡਾ ਤੁਸੀਂ ਅੱਜ ਵੀ ਬੜਾ ਵੱਡਾ ਯੋਗਦਾਨ ਹੰਬੜਾ ਮਾਰਿਆ ਸਰਕਾਰ ਨੂੰ ਮੇਰੇ ਖਿਆਲ ਕਿ ਤੁਸੀਂ ਜਗਾਉਣ ਵਾਸਤੇ ਕਾਮਯਾਬ ਹੋਗੇ ਹੋਰ ਜਿਹੜੀਆਂ ਆਪਣੀਆਂ ਸਿੱਖ ਸੰਸਥਾਵਾਂ ਤੇ ਜੋ ਆਪਾਂ ਦੇਖ ਰਹੇ ਆ ਕਿ ਸਾਡੀ ਜੋ ਰਵੈਤੀ ਲੀਡਰਸ਼ਿਪ ਸੀ ਇਹ ਸਾਰੀਆਂ ਜਿਹੜੀਆਂ ਸਾਡੇ ਗਾਲੇ ਇਹ ਗੁਲਾਮੀ ਜਾਂ ਬਿਮਾਰੀਆਂ ਜਾਂ ਨਸ਼ਿਆਂ ਦਾ ਪ੍ਰਕੋਪ ਇਹ ਸਾਡੀ ਲੀਡਰਸ਼ਿਪ ਦੀ ਅਣਗਹਿਲੀ ਕਰਕੇ ਆਇਆ ਕਿਉਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਨਹੀਂ ਕਿਉਂਕਿ ਉਹਨਾਂ ਨੇ ਨਾ ਤੇ ਉਹ ਇੱਕ ਹੀ ਧਿਰ ਸੀ ਉਹ ਰਾਜਨੀਤਿਕ ਤੌਰ ਤੇ ਵੀ ਇੱਕ ਕਾਬਲ ਸੀ ਸਰਕਾਰ 'ਚ ਵੀ ਤੇ ਉਹਨਾਂ ਦੇ ਅਧੀਨ ਹੀ ਸ਼੍ਰੋਮਣੀ ਕਮੇਟੀ ਸੀ ਅਮਰਿਤਪਾਲ ਸਿੰਘ ਦੀ ਹਮਾਇਤ ਕਰਨ ਤੇ ਕਾਂਗਰਸ ਤੋਂ ਕੱਢੇ ਗਏ ਲੀਡਰ ਕਮਲਜੀਤ ਸਿੰਘ ਬਰਾੜ ਵੀ ਇਸ ਇਕੱਠ ਵਿੱਚ ਪਹੁੰਚੇ। ਉਹਨਾਂ ਨੇ ਕਿਹਾ ਕਿ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਆਈ ਆਵਾਜ਼ ਨੂੰ ਸਮਝਣ ਦੀ ਲੋੜ ਹੈ। ਸਮਾਜ ਸੇਵੀ ਨੌਜਵਾਨ ਲੱਖਾ ਸਿਧਾਣਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸੂਬੇ ਦਾ ਮਾਹੌਲ ਖਰਾਬ ਕਰਕੇ ਨੌਜਵਾਨਾਂ ਨੂੰ ਜਾਣ ਬੁਝ ਕੇ ਬਾਹਰ ਭੇਜਿਆ ਜਾ ਰਿਹਾ ਹੈ। ਉਹਨਾਂ ਨੇ ਨਵੀਂ ਸਿੱਖਿਆ ਨੀਤੀ ਤੇ ਸੀਐਮ ਅਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਦੋਵੇਂ ਘੋਖੀ ਜੜੀ ਨੇ ਸਾਡੇ ਹੀਰੋ ਤੇ ਖਲਨਾਇਕ ਇਹ ਹੁਣ ਨਵੇਂ ਸਿਰੇ ਤੋਂ ਤੈਅ ਕਰਨ ਜਾ ਰਹੇ ਨੇ। ਖਾਲੀ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਲੱਗੇ ਮੋਰਚੇ ਵਿੱਚ ਸਿੱਖਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਵੀ ਲੱਖਾ ਸਿਧਾਣਾ ਨੇ ਸਵਾਲ ਕੀਤੇ ਸਿੱਖਿਆ ਦੀ ਜਿਹੜੀ ਮੈਂ ਗੱਲ ਕਰਨ ਲੱਗਿਆ ਛੋਡੀਆਂ ਯੂਨੀਵਰਸਿਟੀਆਂ ਛੋਡੇ ਕਾਲਜ ਛੋਡੇ ਸਕੂਲ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਆ ਨਵੀਂ ਸਿੱਖਿਆ ਨੀਤੀ ਲੈ ਕੇ ਆ ਕੇਂਦਰ ਦੀ ਸਰਕਾਰ ਉਹਦੇ ਤਹਿਤ ਇਥੋਂ ਦਾ ਮੁੱਖ ਮੰਤਰੀ ਜਿਹੜਾ ਸੈਂਟਰ ਦੇ ਨਾਲ ਕਿਉਂ ਖਿਜੜੀ ਹੋਇਆ ਵਾ ਤੁਹਾਡੀ ਸਾਰੀ ਸਿੱਖਿਆ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਉਹਨਾਂ ਦੇ ਹੱਥ ਦੇਣ ਨੂੰ ਫਿਰਦਾ ਭਰਾਵੋ ਤੁਹਾਡੇ ਅੱਠ ਕਾਲਜ ਪ੍ਰਾਈਵੇਟ ਕੀਤੇ ਜਾ ਰਹੇ ਆ ਤੁਹਾਡਾ 400 ਸਕੂਲ ਪੰਜਾਬ ਦਾ ਜਿਹਦੀ ਲਿਸਟ ਸੈਂਟਰ ਨੂੰ ਦੇ ਚੁੱਕੇ ਆ ਉਹ ਆਪਣੇ ਮੁਤਾਬਕ ਉਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੋ ਸਿੱਖਿਆ ਦੇਣੀ ਹੈ ਜੋ ਇਤਿਹਾਸ ਪੜਾਉਣਾ ਹੈ ਜਿਹੜੇ ਵਿਸ਼ੇ ਪੜਾਉਣੇ ਆ ਕਿਨੂੰ ਉਹ ਹੀਰੋ ਬਣਾਉਣਗੇ ਕਿਹਨੂੰ ਅਖਲਨਾਇਕ ਬਣਾਉਣਗੇ ਹੁਣ ਉਹ ਤੈਅ ਕਰਿਆ ਕਰਨਗੇ ਇਸ ਪੰਥਕੇ ਕਾਠ ਦੇ ਵਿੱਚ ਅਮਰਿਤਪਾਲ ਸਿੰਘ ਦੇ ਇੱਕ ਵਕੀਲ ਈਮਾਨ ਸਿੰਘ ਖਾਰਾ ਦੀਪ ਸਿੱਧੂ ਦੇ ਭਰਾ ਤੇ ਹੋਰ ਵੀ ਕਈ ਲੀਡਰ ਪਹੁੰਚੇ ਹੋਏ ਸਨ ਨਿਹੰਗ ਲੀਡਰ ਬਾਬਾ ਰਾਜਾ ਰਾਜ ਸਿੰਘ ਤੇ ਹੁਸ਼ਿਆਰਪੁਰ ਤੋਂ ਚੋਣ ਲੜਨ ਵਾਲੇ ਤਾਮਿਲ ਉਮੀਦਵਾਰ ਜੀਵਨ ਸਿੰਘ ਨੇ ਵੀ ਇੱਥੇ ਸੰਬੋਧਨ ਕੀਤਾ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਮੋਰਚਿਆਂ ਦੀ ਅਗਵਾਈ ਕਰਨ ਵਾਲੇ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਨੇ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਬੀਜੇਪੀ ਤੇ ਤੰਜ ਕਸਦੇ ਹਾਂ ਕਿ ਹੈ ਕਿ ਹੁਣ ਕਿਵੇਂ ਰਾਹ ਚੱਲਦਿਆਂ ਹੋਇਆਂ ਕਿਸਾਨ ਵੀ ਮੁੱਖ ਮੰਤਰੀ ਨੂੰ ਨਜ਼ਰ ਆ ਰਿਹਾ ਹੈ ਜਦ ਕਿ 10 ਸਾਲਾਂ ਦੇ ਵਿੱਚ ਤਾਂ ਬੀਜੇਪੀ ਸਰਕਾਰ ਨੇ ਕਿਸਾਨਾਂ ਤੇ ਰੱਜ ਕੇ ਜ਼ੁਲਮ ਕੀਤੇ ਅਜਿਹਾ ਕਹਿੰਦੇ ਇਸ ਲਈ ਹੈ ਕਿਉਂਕਿ ਬੀਜੇਪੀ ਨੂੰ ਹੁਣ ਕਿਸਾਨਾਂ ਦੀਆਂ ਵੋਟਾਂ ਚਾਹੀਦੀਆਂ ਨੇ ਕਿਸਾਨਾਂ ਦੀਆਂ ਵੋਟਾਂ ਤੋਂ ਬਿਨਾਂ ਇੱਥੇ ਸਰਕਾਰ ਨਹੀਂ ਬਣਨੀ ਹਰਿਆਣੇ ਦੀ ਸੈਣੀ ਸਰਕਾਰ ਨੂੰ ਸੜਕ ਤੇ ਤੁਰਿਆ ਜਾਂਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਸਾਈਡ ਤੇ ਕਿਸਾਨ ਨਜ਼ਰ ਆ ਜਾਂਦੇ ਆ ਔਰ ਉਹਨਾਂ ਨੂੰ ਮਿਲ ਵੀ ਲੈਂਦੇ ਆ ਤੇ ਮੰਗ ਪੱਤਰ ਵੀ ਝਟ ਲਾ ਲੈਂਦੇ ਆ ਕਿਵੇਂ ਮੀਡੀਆ ਚ ਪਰਸੈਪਸ਼ਨ ਬਣਾਈ ਜਾ ਰਹੀ ਆ ਪਿਛਲੇ 10 ਸਾਲਾਂ ਤੋਂ ਹਰਿਆਣੇ ਦੀ ਸਰਕਾਰ ਨੂੰ ਕਿਸਾਨ ਨਜ਼ਰ ਨਹੀਂ ਆਏ ਅਰ ਜਦੋਂ 13 ਫਰਵਰੀ ਨੂੰ ਮੋਰਚਾ ਸ਼ੁਰੂ ਹੋਇਆ 70000 ਅਰਧ ਸੈਨਿਕ ਫੋਰਸ ਲਾਏ ਗਏ ਹਰਿਆਣੇ ਦੇ ਵਿੱਚ ਉਦੋਂ ਤਾਂ ਹਰਿਆਣੇ ਦੇ ਕਿਸਾਨ ਨਹੀਂ ਦਿਖੇ ਹੈਗੇ ਵੀ ਤੁਸੀਂ ਤਾਂ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਜਿਨ੍ਹਾਂ ਦੇ ਪਾਸਪੋਰਟ ਬੋਰਡ ਰੱਦ ਕਰਨ ਦੀਆਂ ਧਮਕੀਆਂ ਉਹਨਾਂ ਦੇ ਇੰਟਰਾਲ ਦੇ ਵਿੱਚ ਰੈੱਡ ਇੰਟਰੀਆਂ ਕਿੰਨਾ ਕੁਝ ਜ਼ਬਰ ਹਰਿਆਣੇ ਦੇ ਸਰਕਾਰ ਨੇ ਕੀਤਾ ਹੈਗਾ ਪੰਜਾਬ ਨੇ ਬਾਰਡਰਾਂ ਤੇ ਕਿਸਾਨਾਂ ਨੂੰ ਸੀਮਿਤ ਕੀਤਾ ਗਿਆ ਤੋਂ ਹੁਣ ਲੱਛਣ ਜੋ ਸਾਹਮਣੇ ਆ ਰਹੀ ਹੈ ਸਾਰਾ ਕੁਝ ਨਜ਼ਰ ਆ ਰਿਹਾ ਹੈਗਾ ਪੰਦੇਰ ਨੇ ਵੀ ਦੱਸਿਆ ਕਿ ਸ਼ੰਭੂ ਤੇ ਮੋਰਚੇ ਨੂੰ ਮਜ਼ਬੂਤ ਕਰਨ ਦੇ ਲਈ ਅੰਮ੍ਰਿਤਸਰ ਤੋਂ ਨਵਾਂ ਜਥਾ 20 ਅਗਸਤ ਨੂੰ ਸਵੇਰੇ ਰਵਾਨਾ ਹੋਊਗਾ ਰੇਲ ਗੱਡੀ ਰਾਹੀਂ ਮੋਰਚੇ ਤੇ ਪਹੁੰਚੇਗਾ ਪੰਦੇਰ ਨੇ ਕਿਹਾ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਹੂਗਾ ਜਿਹੜਾ ਦਿੱਲੀ ਅੰਦੋਲਨ ਤੋਂ ਦੋ ਦੋਵਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸਟਕੇਐਮ ਐਨਪੀ ਵੱਲੋਂ ਚੱਲ ਰਿਹਾ ਵਾ ਉਹਦੇ ਵਿੱਚ ਕੱਲ 20 ਅਗਸਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਵਾ ਜਥਾ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਨੂੰ ਲੈ ਕੇ ਆਪਣਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜੰਡਿਆਲਾ ਗੁਰੂ ਤੋਂ ਬਿਆਸ ਤੋਂ ਸ਼ੰਭੂ ਬਾਰਡਰ ਨੂੰ ਰਵਾਨਾ ਹੋਊਗਾ ਔਰ ਮੋਰਚਾ ਲਗਾਤਾਰ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਇਤਿਆਦ ਮੰਗਾ ਜੜੀਆਂ ਸਾਡੀਆਂ ਪ੍ਰਵਾਨ ਨਹੀਂ ਕੀਤੀਆਂ ਜਾਂਦੀ। ਪੰਦੇਰ ਨੇ ਕੋਲਕਾਤਾ ਘਟਨਾ ਤੋਂ ਬਾਅਦ ਡਾਕਟਰਾਂ ਦੇ ਹੜਤਾਲ ਤੇ ਜਾਣ ਨੂੰ ਜਾਇਜ਼ ਦੱਸਦਿਆਂ ਸਰਕਾਰ ਨੂੰ ਡਾਕਟਰਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਜਿਵੇਂ ਅਸੀਂ ਦੇਖ ਰਹੇ ਹਾਂ ਜੜੀ ਟ੍ਰੇਨਿੰਗ ਪ੍ਰਾਪਤ ਡਾਕਟਰ ਕੋਲਕਾਤਾ ਦੇ ਵਿੱਚ ਜਿਹਦੇ ਨਾਲ ਜ਼ਬਰਜਨਾਹ ਹੋਇਆ ਉਹ ਤੋਂ ਬਾਅਦ ਉਹਦੀ ਹੱਤਿਆ ਕੀਤੀ ਗਈ। ਲਗਾਤਾਰ ਹੜਤਾਲ ਵਿੱਚ ਡਾਕਟਰ ਆਲ ਇੰਡੀਆ ਪੱਧਰ ਤੇ ਵਾਅਦਾ ਕਰ ਰਹੇ ਆ। ਅਸੀਂ ਉਹਨਾਂ ਦੀ ਹੜਤਾਲ ਦਾ ਸਮਰਥਨ ਕਰਦੇ ਆਂ। ਸਰਕਾਰ ਨੂੰ ਚੇਤਾਵਨੀ ਦੇਣੇ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਮੋਦੀ ਸਰਕਾਰ ਧਿਆਨ ਦੇਵੇ ਇਹਦੇ ਨਾਲ ਹੁਣ ਲੰਮੀ ਹੜਤਾਲ ਚੱਲਣਾ ਆਮ ਜਨਤਾ ਨੂੰ ਵੀ ਪਰੇਸ਼ਾਨੀ ਆਊਗੀ ਪਰ ਉਹਨਾਂ ਨੂੰ ਉਹਨਾਂ ਦੀ ਹੜਤਾਲ ਵੱਲ ਧਿਆਨ ਦੇਣਾ ਚਾਹੀਦਾ ਤਾਂ ਜੋ ਜਿਹੜਾ ਮਸਲਾ ਵਾ ਉਹ ਸਹੀ ਢੰਗ ਨਾਲ ਨਿਬੇੜਿਆ ਜਾ ਸਕੇ ਔਰ ਇਸ ਕਿਸਮ ਦੀਆਂ ਕੱਲਾ ਕੋਲਕਾਤਾ ਕਲਕੱਤੇ ਵਾਲੀ ਘਟਨਾ ਨਹੀਂ ਉਦੋਂ ਤੋਂ ਬਾਅਦ ਵੀ ਬਹੁਤ ਸਾਰੀਆਂ ਔਰਤਾਂ ਨਾਲ ਜ਼ਬਰਜਨਾ ਦੀਆਂ ਘਟਨਾ ਸਾਡੇ ਸਾਹਮਣੇ ਆ ਰਹੀਆਂ ਔਰ ਦੇਸ਼ ਪਰਚ ਹੋ ਕੀ ਰਿਹਾ ਹੈਗਾ ਵਾ ਮੋਦੀ ਦੀ ਡਬਲ ਇੰਜਨ ਵਾਲੀ ਸਰਕਾਰਾਂ ਦੇ ਸਟੇਟਾਂ ਵਿੱਚ ਵੀ ਰੋਜ਼ ਆਏ ਦਿਨ ਬਹੁਤ ਕੁਝ ਔਰਤਾਂ ਨਾਲ ਜ਼ਬਰ ਹੋ ਰਿਹਾ ਹੋਰ ਵੀ ਸੋ ਇਹਨੂੰ ਸੀਰੀਅਸ ਲੈ ਕੇ ਇਸ ਮੁੱਦੇ ਦਾ ਹਲ ਕਢਣਾ ਚਾਹੀਦਾ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ 4 ਦਿਨ ਪਹਿਲਾਂ ਮੋੜ ਮੰਡੀ ਬੰਬਤਮਾ ਕਾ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਸ ਕੇਸ ਦੇ ਭਗੌੜੇ ਮੁਲਜ਼ਮ ਅਮਰੀਕ ਸਿੰਘ ਦੀ ਜਾਇਦਾਦ ਕੁਰਕ ਕਰਕੇ 12,33,250 ਰੁਪਏ ਦੇ ਵਿੱਚ ਨਿਲਾਮ ਕੀਤੀ ਗਈ ਹੈ ਅਦਾਲਤ ਨੇ ਐਸਐਚਓ ਥਾਣਾ ਮੋੜ ਨੂੰ ਮੁਲਜ਼ਮ ਗੁਰਤੇਜ ਸਿੰਘ ਉਰਫ ਕਾਲਾ ਤੇ ਅਵਤਾਰ ਸਿੰਘ ਦੀਆਂ ਜਾਇਦਾਦਾਂ ਦੀ ਲਿਸਟ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਨੇ ਤਹਿਸੀਲਦਾਰ ਸਿਰਸਾ ਦੇ ਰੀਡਰ ਰਾਮ ਰਿਵਾਸ ਨੇ ਤਲਵੰਡੀ ਸਾਬੋ ਮੁਕਦਮੇ ਵਿੱਚ ਪੇਸ਼ ਹੋ ਕੇ ਭਗੌੜੇ ਮੁਲਜ਼ਮਾਂ ਦੀ ਜਾਇਦਾਦ ਵੇਚਣ ਸੰਬੰਧੀ ਰਿਪੋਰਟ ਪੇ ਨੇ ਦੱਸਿਆ ਕਿ ਨਲਾਮੀ ਦੀ ਰਕਮ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਣੇ ਕਿਹਾ ਸੀ ਕਿ ਘਟਨਾ ਦੇ 7 ਸਾਲ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ناکਾਮ ਰਹੀ ਹੈ ਮੁੱਖ ਮੁਲਜ਼ਮ ਅਮਰੀਕ ਸਿੰਘ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਹਾਈ ਕੋਰਟ ਨੇ ਜ਼ਬਤ ਕੀਤੀ ਜਾਇਦਾਦ ਦੀ ਨਿਲਾਮੀ ਸੰਬੰਧੀ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ 2017 ਦੇ ਵਿੱਚ ਜੱਪ ਸਿਮਰਨ ਸਿੰਘ ਰਿਪਨਦੀਪ ਸਿੰਘ ਸੌਰਵ ਸਿੰਘਲਾ ਤੇ ਅੰਕੁਸ਼ ਇंसा ਸਮੇਤ 7 ਲੋਕ ਧਮਾਕੇ ਦੇ ਵਿੱਚ ਖਤਮ ਹੋ ਗਏ ਸਨ ਤੇ ਪੀੜਤ ਪਰਿਵਾਰ ਹਾਲੇ ਵੀ ਇਨਸਾਫ ਦੀ ਉਡੀਕ ਕਰ ਰਹੇ ਨੇ ਅਬੋਰ ਦੇ ਮਲੋਟ ਚੌਕ ਤੇ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਪੰਕਜ ਨਰੂਲਾ ਤੇ ਕੁਝ ਹੋਰ ਲੋਕਾਂ ਦੇ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ ਜਿਸ ਵਿੱਚ ਪੰਕਜ ਨਰੂਲਾ ਤੇ ਇੱਕ ਔਰਤ ਸਮੇਤ 4 ਜਣੇ ਜ਼ਖਮੀ ਹੋ ਗਏ ਇਲਾਜ ਇਨਨ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਡਾਕਟਰਾਂ ਨੇ ਪੰਕਜ ਨਰੂਲਾ ਨੂੰ ਮੁਰਲੀ ਸਹਿਤ ਤਤਬਾਦ ਫਰੀਦਕੋਟ ਰੈਫਰ ਕਰ ਦਿੱਤਾ ਦੂਜੀ ਧਿਰ ਨੇ ਪੰਕਜ ਤੇ ਸਿੱਖ ਮਰਿਆਦਾ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਗੁਰਵਿੰਦਰ ਕੌਰ ਤੇ ਉਸਦੇ ਭਰਾ ਬਲਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਭੈਣ ਪਰ ਆਪਣੇ ਪਿਤਾ ਨਾਲ ਰਖੜੀ ਖਰੀਦਣ ਲਈ ਬਾਜ਼ਾਰ ਵਿੱਚ ਜਾ ਰਹੇ ਸਨ ਜਦੋਂ ਮਲੋਟ ਚੌਂਕ ਤੇ ਪੰਕਜ ਨਰੂਲਾ ਤੇ ਉਸਦੇ ਸਾਥੀਆਂ ਨੇ ਤਿੰਨਾਂ ਨੂੰ ਘੇਰਾ ਪਾ ਲਿਆ ਤੇ ਬੁਰੀ ਤਰ੍ਹਾਂ ਨਾਲ ਹਮਲਾ ਕੀਤਾ ਨਰਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਪੰਕਜ ਨਰੂਲਾ ਨੇ ਦੋਵੇਂ ਪਿਓ ਪੁੱਤਾਂ ਦੀ ਪਗ ਲਾ ਦਿੱਤੀ ਦਾੜੀ ਦੇ ਵਾਲ ਵੀ ਪੁੱਟ ਦਿੱਤੇ ਉਹਨਾਂ ਦੋਸ਼ ਲਾਇਆ ਕਿ ਪੰਕਜ ਨਰੂਲਾ ਨੇ ਉਹਨਾਂ ਦੇ ਧੀ ਨੂੰ ਗੁੰਮਰਾਹ ਕਰਕੇ ਘਰ ਤੇ ਕਬਜ਼ਾ ਕਰ ਲਿਆ ਪਿਛਲੇ 2 ਸਾਲਾਂ ਤੋਂ ਸਰਕਾਰ ਤੱਕ ਆਪਣੀ ਪਹੁੰਚ ਦਾ ਡਰਾਵਾ ਦੇ ਕੇ ਸਾਰੇ ਪਰਿਵਾਰ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਦੂਜੇ ਪਾਸੇ ਪੰਕਜ ਨਰੂਲਾ ਨੇ ਦਾਵਾ ਕੀਤਾ ਕਿ ਗੁਰਵਿੰਦਰ ਕੌਰ ਦਾ ਕੁਝ ਪਰਿਵਾਰਕ ਝਗੜਾ ਚੱਲ ਰਿਹਾ ਹੈ ਜਿਸ ਵਿੱਚ ਦੂਜੀ ਧਿਰ ਦੀ ਉਹ ਮਦਦ ਕਰ ਰਹੀ ਹੈ ਜਲੰਧਰ ਵਾਲਾ ਬਾਗ ਐਕਸਪ੍ਰੈਸ ਦੀ ਪੈਂਟਰੀ ਕਾਰ ਦੇ ਵਿੱਚ ਜਲੰਧਰ ਤੋਂ ਬਿਹਾਰ ਨੂੰ ਸ਼ਰਾਬ ਦੀ ਖੇਪ ਭੇਜਣ ਦੇ ਮਾਮਲੇ ਵਿੱਚ ਕੁਝ ਪੁਲਿਸ ਅਧਿਕਾਰੀ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਹੁਣ ਖੋਫੀ ਏਜੰਸੀਆਂ ਹਰਕਤ ਵਿੱਚ ਆ ਗਈਆਂ ਨੇ ਏਜੰਸੀਆਂ ਪਤਾ ਲਾ ਰਹੀਆਂ ਨੇ ਕਿ ਪੰਜਾਬ ਤੋਂ ਬਿਹਾਰ ਨੂੰ ਸ਼ਰਾਬ ਪੇਜਦਾ ਇੱਕ ਘਟਾਲਾ ਕਿੰਨੇ ਸਮੇਂ ਤੋਂ ਰੇਲ ਗੱਡੀਆਂ ਦੇ ਵਿੱਚ ਚੱਲਦਾ ਆ ਰਿਹਾ ਹੈ ਤੇ ਇਹਦੇ ਵਿੱਚ ਰੇਲਵੇ ਦੇ ਕਿਹੜੇ-ਕਿਹੜੇ ਅਧਿਕਾਰੀ ਤੇ ਮੁਲਾਜ਼ਮ ਸ਼ਾਮਲ ਨੇ ਕਿਉਂਕਿ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ ਟਿਕਟ ਚੈਕਰਾਂ ਦਾ ਦਾਵਾ ਹੈ ਕਿ ਰੇਲ ਗੱਡੀ ਵਿੱਚ ਚੈਕਿੰਗ ਲਈ ਜੀਆਰਪੀ ਬਿਹਾਰ ਦੀ ਐਕਸਪੋਰਟ ਪਾਰਟੀ ਨੇ ਐਸਕੋਰਟ ਪਾਰਟੀ ਨੇ ਪੈਂਟਰੀ ਕਾਰ ਵਿੱਚੋਂ ਸ਼ਰਾਬ ਦੀਆਂ ਪੇਟੀਆਂ ਜ਼ਬਤ ਕਰਨ ਤੋਂ ਬਾਅਦ ਤਨਬਾਦ ਸਟੇਸ਼ਨ ਤੇ ਜਾਲ ਵਿਛਾ ਕੇ ਦ ਮੁਲਾਜ਼ਮਸਾਂ ਨੇ ਇਹਨਾਂ ਮੁਲਜ਼ਮਾਂ ਨੇ ਬਿਹਾਰ ਦੇ ਇੱਕ ਹੋਰ ਉੱਚ ਪੱਧਰ ਦੇ ਅਧਿਕਾਰੀ ਦਾ ਨਾਮ ਲਿਆ ਜਿਸ ਤੋਂ ਬਾਅਦ ਜੀਆਰਪੀ ਨੇ ਮੁਲਜ਼ਮਾਂ ਨੂੰ ਸ਼ਰਾਬ ਦੀਆਂ ਪੇਟੀਆਂ ਸਮੇਤ ਕੁਮਾਰ ਡੁੱਬੀ ਸਟੇਸ਼ਨ ਤੇ ਸੁੱਟ ਕੇ ਮਾਮਲੇ ਤੋਂ ਛੁਟਕਾਰਾ ਪਾ ਲਿਆ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਐਸਵੀ ਡੀਸੀਐਮ ਪਰਮਦੀਪ ਸਰਾਣੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਆਰਪੀ ਤੇ ਆਰਪੀਐਫ ਜਾਂਚ ਕਰ ਰਹੇ ਨੇ ਫਿਰੋਜ਼ਪੁਰ ਸੀਆਈਏ ਸਟਾਫ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਭਰਾਵਾਂ ਨੂੰ ਕਰੋੜਾਂ ਰੁਪਈਆਂ ਦੀ ਹੈਰਨ ਨਾਲ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਉਹਨਾਂ ਤੋਂ ਇੱਕ ਦੇਸੀ ਪਿਸ ਕਾਰਤੂਸ 12 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ ਨਾਲ ਇਹ ਨੋਵਾ ਕਾਰ ਜ਼ਬਤ ਕੀਤੀ ਹੈ ਇਹਨਾਂ ਦੇ ਨਾਮ ਸ਼ੈਲੀ ਅਤੇ ਸੋਨੂ ਹਨ ਦੋਵੇਂ ਮੁਲਜ਼ਮ ਇਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਨਾਕੇਬੰਦੀ ਦੌਰਾਨ ਕਾਬੂ ਕੀਤਾ। ਕਪੂਰਥਲਾ ਦੀ ਥਾਣਾ ਸੁਭਾਨਪੁਰ ਪੁਲਿਸ ਨੇ ਵੀ ਇੱਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਦੇ ਨਾਲ ਕਾਬੂ ਕੀਤਾ ਜਿਸ ਤੋਂ ਬਾਅਦ ਉਸ ਦੇ ਨਿਸ਼ਾਨਦੇਹੀ ਤੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਲੰਗੇ ਦੀ ਨਿਗਰਸ਼ਦਾਰਾਂ ਥਾਣਾ ਬਾਦਸ਼ਾਹਪੁਰ ਪੁਲਿਸ ਨੇ ਮੇਲਾ ਤਸਕਰ ਰਾਜਕੌਰ ਉਰਫ ਰਾਣੀ ਵਾਸੀ ਡੇਰੇ ਬਾਦਸ਼ਾਹਪੁਰ ਨੂੰ 112 ਨਸ਼ੀਲੀਆਂ ਗੋਲੀਆਂ ਨਾਲ ਫੜਿਆ ਸੀ ਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ ਅਗਲੀ ਖਬਰ ਵੀ افسوس ਨਾਲ ਕਹਿਣਾ ਪੈ ਰਿਹਾ ਹੈ ਕਿ ਨਸ਼ਿਆਂ ਦੇ ਨਾਲ ਹੀ ਸਬੰਧਤ ਹੈ ਮੋਗਾ ਦੇ ਵਿੱਚ ਨਸ਼ੇ ਨੇ ਚਾਰ ਬੱਚਿਆਂ ਨੂੰ ਯਤਿਮ ਕਰ ਦਿੱਤਾ ਹੈ ਕਿਉਂਕਿ ਚਾਰ ਬੱਚਿਆਂ ਨੇ ਆਪਣੇ ਨਸ਼ੇੜੀ ਪਿਓ ਨੂੰ ਗਵਾ ਲਿਆ ਰਖੜੀ ਤੋਂ ਇੱਕ ਦਿਨ ਪਹਿਲਾਂ ਭਰਾ ਆਪਣੀਆਂ ਤਿੰਨ ਭੈਣਾਂ ਤੋਂ ਵੱਖ ਹੋ ਗਿਆ ਨਸ਼ੇ ਦੀ ਓਵਰਡੋਸ ਕਰਕੇ ਇਸ ਦੀ ਮੌਤ ਹੋਈ ਹੈ ਮੋਗਾ ਦੇ ਗਿੱਲ ਗਿੱਲ ਰੋਡ ਤੇ ਸਾਦਾਵਾਲੀ ਬਸਤੀ ਚ ਸ਼ਾਮ ਨੂੰ ਇੱਕ ਵਿਅਕਤੀ ਦੀ ਦੇਹ ਮਿਲੀ ਸੀ 35 ਸਾਲ ਇਸ ਦੀ ਉਮਰ ਸੀ ਕੀਮਤੀ ਲਾਲ ਇਸ ਦਾ ਨਾਮ ਸੀ ਨਸ਼ੇ ਦਾ ਆਦੀ ਸੀ ਕੁਝ ਸਮੇਂ ਤੋਂ ਚਿੱਟੇ ਦਾ ਟੀਕਾ ਲਾ ਰਿਹਾ ਸੀ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਮੋਗਾ ਦੇ ਵਿੱਚ ਖੁੱਲੇ ਆਮ ਨਸ਼ਾ ਵੇਚਿਆ ਜਾ ਰਿਹਾ ਹੈ ਬੰਦ ਹੋਣਾ ਚਾਹੀਦਾ ਹੈ ਤਾਂ ਜੋ ਹੋਰ ਕਿਸੇ ਦੇ ਬੱਚੇ ਨਾ ਅਨਾਥ ਹੋ ਸਕਣ ਦਸੂਹਾ ਨੇੜੇ ਨੈਸ਼ਨਲ ਹਾਈਵੇ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਸੜਕ ਦੇ ਕਿਨਾਰੇ ਸਵਾਰੀਆਂ ਨਾਲ ਭਰੀ ਹੋਈ ਬੱਸ ਪਲਟ ਗਈ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਸਵਾਰੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਹਾਦਸਾ ਨੈਸ਼ਨਲ ਹਾਈਵੇ ਤੇ ਅੱਡਾ ਖੁੱਡਾ ਨੇੜੇ ਹੋਇਆ ਬੱਸ ਜਲੰਧਰ ਵੱਲ ਨੂੰ ਜਾ ਰਹੀ ਸੀ ਤੇਜ਼ ਰਫਤਾਰ ਸੀ ਬੈਲੈਂਸ ਵਿਗੜ ਗਿਆ ਤੇ ਬੱਸ ਵਾਲਟ ਗਈ ਜਿਸ ਵਕਤ ਹਾਦਸਾ ਵਾਪਰਿਆ 80 ਲੋਕ ਸਵਾਰ ਸਨ ਯਾਨੀ ਕਿ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਈਆਂ ਹੋਈਆਂ ਸਨ 20 ਦੇ ਕਰੀਬ ਯਾਤਰੀ ਜਿਹੜੇ ਡਾਕਟਰਾਂ ਕੋਲ ਪਹੁੰਚੇ ਤਿੰਨ ਤੋਂ ਚਾਰ ਦੀ ਹਾਲਤ ਨਾਜ਼ੁਕ ਹੈ ਜਿਨ੍ਹਾਂ ਨੂੰ ਅੱਗੇ ਰੈਫਰ ਕੀਤਾ ਗਿਆ ਲੁਧਿਆਣਾ ਦੇ ਵਿੱਚ ਕੱਪੜੇ ਦੇ ਵੱਡੇ ਵਪਾਰੀ ਦੇ ਮੁੰਡੇ ਤੇ ਗੋਲੀਆਂ ਚਲਾ ਕੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਪੜਾ ਵਪਾਰੀ ਦਾ ਮੁੰਡਾ ਆਪਣੀ ਨਵੀਂ BMW ਤੇ ਦੋਸਤਾਂ ਨਾਲ ਕੌਫੀ ਪੀ ਕੇ ਘਰ ਮੁੜ ਰਿਹਾ ਸੀ ਤਾਂ ਨੌਜਵਾਨਾਂ ਨੇ ਕਾਰ ਉਸ ਦੀ BMW ਦੇ ਵਿੱਚ ਮਾਰੀ ਤੇ ਫਿਰ ਗਾਲਾਂ ਕੱਢਣ ਲੱਗੇ ਦੇਖਦੇ-ਦੇਖਦੇ ਉਹਨਾਂ ਨੇ ਫਾਇਰਿੰਗ ਵੀ ਸ਼ੁਰੂ ਕਰ ਦਿੱਤੀ ਸਰਾਬਨਗਰ ਦੇ ਕਪੜਾ ਵਪਾਰੀ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਪੁੱਤ ਨੇ ਗੱਡੀ ਦੀ ਰਫ਼ਤਾਰ ਤੇਜ਼ ਕਰਕੇ ਆਪਣੀ ਜਾਨ ਬਚਾਈ ਗੈਰੀ ਭਾਰਦਵਾਜ ਦੇ ਨਾਲ ਇਹ ਘਟਨਾ ਨਗਰ ਨਿਗਮ ਦੇ ਦੀਪਨਗਰ ਕੋਲ ਵਾਪਰੀ ਹਮਲਾਵਰ ਚਿੱਟੇ ਦੀ ਬਰੇਜ਼ਾ ਕਾਰ ਤੇ ਆਏ ਸਨ ਪਿਤਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਉਹਨਾਂ ਦੇ ਪੁੱਤ ਤੇ ਹਮਲਾ ਆਰੀਨ ਤੇ ਦੀਪਾਪੁਰ ਨੇ ਕੀਤਾ ਹੈ ਜੋ ਉਸਦੇ ਪੁੱਤ ਤੋਂ ਪੁੱਤ ਨਾਲ ਰੰਜਿਸ਼ ਰੱਖਦੇ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਰਾਤ ਨੂੰ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ ਜਿਸ ਨੇ ਹਿੰਸਕ ਰੂਪ ਧਾਰ ਲਿਆ 20 ਦੇ ਕਰੀਬ ਕੈਦੀਆਂ ਨੇ ਇੱਕ ਨੌਜਵਾਨ ਨੂੰ ਘੇਰ ਕੇ ਉਸਤੇ ਸੂਈਆਂ ਨਾਲ ਹਮਲਾ ਕੀਤਾ ਇਸ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਉਸਤੇ ਸਿਰ ਤੇ ਮੋਢੇ ਵਿੱਚ ਟਾਂਕੇ ਲੱਗੇ ਨੇ ਜ਼ਖਮੀ ਪੀੜਤ ਨੌਜਵਾਨ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਜਦੋਂ ਆਪਣੀ ਬੈਰਕ ਵੱਲ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸਤੇ ਹਲਤ ਟਿੱਪਣੀਆਂ ਕੀਤੀਆਂ ਜਦੋਂ ਉਸਨੇ ਵਿਰੋਧ ਕੀਤਾ ਤਾਂ 20 ਤੋਂ 25 ਕੈਦੀਆਂ ਨੇ ਰਲ ਕੇ ਉਸਤੇ ਹਮਲਾ ਕਰ ਦਿੱਤਾ ਜਦੋਂ ਉਸਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸੂਈਆਂ ਮਾਰਨ ਲੱਗੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ 11 ਦਿਨਾਂ ਬਾਅਦ ਨਿਊਜ਼ੀਲੈਂਡ ਜਾਣਾ ਸੀ ਪਰ ਪਹਿਲਾਂ ਹੀ ਖਤਮ ਹੋ ਗਿਆ ਅੰਮ੍ਰਿਤਸਰ ਜਲੰਧਰ ਰੋਡ ਤੇ ਭਿਆਨ ਖਾਦਸਾ ਵਾਪਰਿਆ ਹੈ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਆਪਣੇ ਬੁਲਟ ਤੇ ਉਹ ਬਾਬਾ ਬਕਾਲਾ ਮੱਥਾ ਟੇਕਣ ਜਾ ਰਿਹਾ ਸੀ ਅਚਾਨਕ ਉਸ ਨੂੰ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ ਨੌਜਵਾਨ ਮੌਕੇ ਤੇ ਹੀ ਮੁੱਕ ਗਿਆ ਤੇ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ 30 ਅਗਸਤ ਨੂੰ ਇਸ ਨੌਜਵਾਨ ਦੀ ਫਲਾਈਟ ਸੀ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਲੈਟਰਲ ਐਂਟਰੀ ਰਾਹੀਂ ਲੋਕ ਸੇਵਕਾਂ ਦੀ ਭਰਤੀ ਕਾਰਨ ਬੀਜੇਪੀ ਤੇ ਨਿਸ਼ਾਨਾ 사ਦਿਆ ਦੋਸ਼ ਲਾਇਆ ਕਿ ਬੀਜੇਪੀ ਦਾ ਆਰਾਮ ਰਾਜ ਦਾ ਵਿਗੜਿਆ ਰੂਪ ਸੰਵਿਧਾਨ ਨੂੰ ਤਬਾਹ ਕਰਨਾ ਚਾਹੁੰਦਾ ਹੈ ਤੇ ਬਹੁਜਨਾਂ ਦਾ ਰਾਖਵਾ ਕਰਨ ਖੋਣਾ ਚਾਹੁੰਦੇ ਹਨ ਸਾਬਕਾ ਕਾਂਗਰਸ ਪ੍ਰਧਾਨ ਨੇ ਐਤਵਾਰ ਨੂੰ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਪੀਐਸਸੀ ਦੀ ਬਜਾਏ ਆਰਐਸਐਸ ਰਾਹੀਂ ਜਨਤਕ ਸੇਵਕਾਂ ਦੀ ਭਰਤੀ ਕਰਕੇ ਸੰਵਿਧਾਨ ਤੇ ਹਮਲਾ ਕਰ ਰਹੇ ਨੇ ਕੇਂਦਰ ਸਰਕਾਰ ਨੇ ਵੱਖ ਕੇਂਦਰੀ ਮੰਤਰਾਲਿਆਂ ਦੇ ਵਿੱਚ ਸੰਯੁਕਤ ਸਕੱਤਰ ਡਾਇਰੈਕਟਰ ਤੇ ਡਿਪਟੀ ਸਕੱਤਰ ਵਰਗੇ ਅਹਿਮ ਅਹੁਦਿਆਂ ਤੇ 45 ਮਾਹਿਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਆਮ ਤੌਰ ਤੇ 올 ਇੰਡੀਆ ਸਰਵਿਸਸ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਯਾਨੀ ਕਿ ਆਈਐਸ ਆਈਪੀਐਸ ਅਤੇ ਆਈਐਫਐਸ ਤੇ ਹੋਰ ਗਰੁੱਪ ਏ ਸੇਵਾਵਾਂ ਦੇ ਅਧਿਕਾਰੀ ਇਹ ਜਈਆਂ ਪੋਸਟਾਂ ਤੇ ਤਨਖਾਹਤ ਹੁੰਦੇ ਨੇ ਤੇ ਇਹ ਬਹੁਤ ਹੀ ਵੱਡੀ ਗਲਤ ਪ੍ਰਤਪੈਣ ਜਾ ਰਹੀ ਹੈ ਕਿ ਲਿਟਰਲ ਐਂਟਰੀ ਦੇ ਰਾਹੀਂ ਇਨ੍ਹਾਂ ਅਹਿਮ ਅਹੁਦਿਆਂ ਦੇ ਉੱਤੇ ਜਿਹੜਾ ਹੈਗਾ ਬੀਜੇਪੀ ਦੀ ਸਰਕਾਰ ਹੈ ਜਿਹੜੀ ਉਹ ਚੁਣ ਕੇ ਬੰਦਿਆਂ ਨੂੰ ਲਾ ਰਹੀ ਹੈ ਰਾਹੁਲ ਗਾਂਧੀ ਨੇ ਇਹ ਮੁੱਦਾ ਚੁੱਕਿਆ ਹੈ ਤੇ ਨੌਕਰ ਸ਼ਾਹਾਂ ਦੀ ਭਰਤੀ ਦੇ ਲਈ ਲੈਟਰਲ ਐਂਟਰੀ ਕਰਨ ਨੂੰ ਲੈ ਕੇ ਰਾਹੁਲ ਗਾਂਧੀ ਦੇ ਵੱਡੇ ਇਲਜ਼ਾਮ ਤੋਂ ਬਾਅਦ ਕੇਂਦਰੀ ਰੇਲ ਮੰਤਰੀ ਅਸ਼ਨਵੀ ਵੈਸ਼ਨਵ ਨੇ ਪਲਟਵਾਰ ਕੀਤਾ ਹੈ ਐਕਸ ਤੇ ਲਿਖਿਆ ਕਿ ਲੈਟਰਲ ਐਂਟਰੀ ਮਾਮਲੇ ਦੇ ਵਿੱਚ ਕਾਂਗਰਸ ਸਾਫ਼ ਤੌਰ ਤੇ ਪਖੰਡ ਕਰ ਰਹੀ ਹੈ ਜਦਕਿ ਇਸ ਗੱਲ ਨੂੰ ਯੂਪੀਏ ਸਰਕਾਰ ਨੇ ਹੀ ਲਿਆਂਦਾ ਸੀ ਇਸ ਨੀਤੀ ਨੂੰ ਉਹਨਾਂ ਨੇ ਹੀ ਵਿਕਸਿਤ ਕੀਤਾ ਸੀ 2005 ਦੇ ਵਿੱਚ ਕਹਿੰਦੇ ਯੂਪੀਏ ਸਰਕਾਰ ਦੌਰਾਨ ਦੂਜਾ ਪ੍ਰਸ਼ਾਸਨਿਕ ਸੁਧਾਰ ਆਯੋਗ ਏਆਰਸੀ ਸਥਾਪਿਤ ਕੀਤਾ ਗਿਆ ਸੀ ਵਿਰੱਪਾ ਮੋਇਲੀ ਇਸ ਦੇ ਪ੍ਰਧਾਨ ਸਨ ਇਹਨਾਂ ਨੇ ਸਪੈਸ਼ਲਾਈਜੇਸ਼ਨ ਨੂੰ ਲੈ ਕੇ ਐਕਸਪਰਟਸ ਨੂੰ ਭਰਤੀ ਕਰਨ ਦੀ ਸਿਫਾਰਿਸ਼ ਕੀਤੀ ਸੀ ਵੈਸ਼ਨਵ ਨੇ ਦਾਵਾ ਕੀਤਾ ਕਿ ਐਨਡੀਏ ਸਰਕਾਰ ਨੇ ਇਸ ਸਿਫਾਰਿਸ਼ ਨੂੰ ਲਾਗੂ ਕਰਨ ਦੇ ਲਈ ਇੱਕ ਪਾਰਦਰਸ਼ੀ ਤਰੀਕਾ ਬਣਾਇਆ ਹੈ ਭਰਤੀ ਯੂਪੀਐਸਸੀ ਦੇ ਮਾਧਿਅਮ ਨਾਲ ਪਾਰਦਰਸ਼ੀ ਅਤੇ ਨਿਰਪੱਖ ਫੈਕਟਰੀ ਕਿਨਾਲ ਕੀਤੀ ਜਾਊਗੀ ਇਸ ਨਾਲ ਸ਼ਾਸਨ ਵਿੱਚ ਸੁਧਾਰ ਵੀ ਹੋਵੇਗਾ ਜੰਮੂ ਕਸ਼ਮੀਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਨੈਸ਼ਨਲ ਕਾਨਫਰੰਸ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਮੈਨੀਫੈਸਟੋ ਜਾਰੀ ਕਰਦਿਆਂ ਨੌਜਵਾਨਾਂ ਦੇ ਲਈ ਰੁਜ਼ਗਾਰ ਅਤੇ 200 ਯੂਨਿਟ ਤੱਕ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ ਅਬਦੁੱਲਾ ਨੇ ਕਿਹਾ ਕਿ ਅਸੀਂ ਸਾਰੇ ਜੰਮੂ ਕਸ਼ਮੀਰ ਦੇ ਵਿੱਚ ਬੇਰੁਜ਼ਗਾਰੀ ਦੀ ਜਿਹੜੀ ਬੇਰੁਜ਼ਗਾਰੀ ਦੇ ਹਾਲਾਤ ਨੇ ਉਹਨਾਂ ਤੋਂ ਜਾਣੂ ਹਾਂ ਦੇਸ਼ ਵਿੱਚ ਜੇ ਕਿਤੇ ਸਭ ਤੋਂ ਵੱਧ ਬੇਰੁਜ਼ਗਾਰੀ ਤਾਂ ਜੰਮੂ ਕਸ਼ਮੀਰ ਦੇ ਵਿੱਚ ਹੈ ਤਾਮਿਲਨਾਡੂ ਪੁਲਿਸ ਨੇ ਕਿਹਾ ਕਿ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਤੇ ਦੋ ਅਧਿਆਪਕਾਂ ਸਮੇਤ 11 ਜਣਿਆਂ ਨੂੰ ਫਰਜ਼ੀ ਨੈਸ਼ਨਲ ਕੈਡਟ ਕੋਰ ਯਾਨੀ ਕਿ ਐਨਸੀਸੀ ਕੈਂਪ ਦੇ ਵਿੱਚ 13 ਲੜਕੀਆਂ ਦੇ ਏਜੰਸੀ ਸੋਸ਼ਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਸਕੂਲ ਦੇ ਹਾਥੇ ਵਿੱਚ ਕੈਂਪ ਲਾਇਆ ਗਿਆ ਸੀ ਇਸ ਦੇ ਪ੍ਰਬੰਧਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਕ੍ਰਿਸ਼ਨਾਗਰੀ ਦੇ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਸਕੂਲ ਵਿੱਚ ਫਰਜ਼ੀ ਐਨਸੀਸੀ ਕੈਂਪ ਵਿੱਚ ਲੜਕੀਆਂ ਦਾ ਏਜੰਸੀ ਸੋਸ਼ਣ ਤੇ ਘੱਟੋ-ਘੱਟ ਇੱਕ ਲੜਕੀ ਦਾ ਏਜੰਸੀ ਸੋਸ਼ਣ ਤੇ ਘੱਟੋ-ਘੱਟ 12 ਲੜਕੀਆਂ ਨਾਲ ਦੁਰਵਿਵਹਾਰ ਕੀਤਾ ਗਿਆ ਸਕੂਲ ਪ੍ਰਬੰਧਕਾਂ ਨੂੰ ਸੋਸ਼ਣ ਬਾਰੇ ਪਤਾ ਸੀ ਪਰ ਉਹਨਾਂ ਨੇ ਪੁਲਿਸ ਨੂੰ ਦੱਸਣ ਦੀ ਬਜਾਏ ਮਾਮਲਾ ਦੱਬਣ ਦੀ ਕੋਸ਼ਿਸ਼ ਕੀਤੀ ਜਿਸ ਪ੍ਰਾਈਵੇਟ ਸਕੂਲ ਵਿੱਚ ਕੈਂਪ ਲਾਇਆ ਗਿਆ ਸੀ ਉਹਦੇ ਵਿੱਚ ਐਨਸੀਸੀ ਯੂਨਿਟ ਹੀ कैम्पर गत पहले हफ्ते लाया गया ਸੀ ਇਸ ਵਿੱਚ 41 ਕੈਂਪਰ ਸਨ ਜਿਨ੍ਹਾਂ ਵਿੱਚੋਂ 17 ਲੜਕੀਆਂ ਸਨ ਮਲਜ਼ਮਾਂ ਦੇ ਖਿਲਾਫ ਪ੍ਰੋਟੈਕਸ਼ਨ ਆਫ ਚਿਲड्रन ਅਗੇਂਸਟ ਸੈਕਸ਼ੂਅਲ ਆਫੈਂਸ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕਰਨਾਟਕਾ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ ਮਾਮਲੇ ਵਿੱਚ ਉਨ੍ਹਾਂ ਖਿਲਾਫ ਰਾਜਪਾਲ <th>ਰਚੰਦ ਗਹਿਲੋਤ ਵੱਲੋਂ ਮੁਕਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਸੀਐਮ ਨੇ ਕਿਹਾ ਕਿ ਪ੍ਰਵਾਨਗੀ ਹੁਕਮ ਸੰਵਿਧਾਨਿਕ ਹੁਕਮਾਂ ਦੀ ਉਲੰਘਣਾ ਤੇ ਮੰਤਰੀ ਮੰਡਲ ਦੀ ਸਲਾਹ ਸਮੇਤ ਭਾਰਤ ਦੇ ਸੰਵਿਧਾਨ ਦੀ ਧਾਰਾ 166 ਅਧੀਨ ਲਾਗੂ ਸੰਵਿਧਾਨਿਕ ਸਿਧਾਂਤਾਂ ਦੇ ਉਲਟ ਬਿਨਾਂ ਵਿਚਾਰ ਕੀਤੇ ਜਾਰੀ ਕੀਤੇ ਗਏ ਨੇ ਭਾਰਤ ਬੰਗਲਾਦੇਸ਼ ਸਰਹੱਦ ਤੇ ਅੱਜ 6 ਕਿਲੋ ਤਸਕਰੀ ਵਾਲਾ ਸੋਨਾ ਲਾਜਾ ਰਿਹਾ ਇੱਕ ਵਿਅਕਤੀ ਨੇ ਬੀਐਸਐਫ ਜਵਾਨ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਹਾਲਾਂਕਿ ਸਿਪਾਹੀ ਹਮਲੇ ਚਵਾਲਵਾਲ ਬਚ ਗਿਆ ਤੇ ਸੋਨੇ ਦਾ ਤਸਕਰ ਵੀ ਸੋਨੇ ਨੂੰ ਉੱਥੇ ਹੀ ਛੱਡ ਕੇ ਭੱਜ ਗਿਆ ਇਹ ਘਟਨਾ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਵਿਜੈਪੁਰ ਵਿੱਚ ਕੇਲੇ ਤੇ ਬਾਂਸ ਦੇ ਬਾਗ ਨੇ ਦੇ ਸਵੇਰੇ 9 ਵਜੇ ਦੇ ਕਰੀਬ ਆਪਰੀ ਸੂਤਰਾਂ ਮੁਤਾਬਕ ਤਸਕਰ ਆਪਣੇ ਲੱਕ ਦੁਆਲੇ ਬੰਨੀ ਬੈਲਟ ਦੇ ਵਿੱਚ 22 ਸੋਨੇ ਦੇ ਬਿਸਕਟ ਅਤੇ 6 ਕਿਲੋ ਵਜ਼ਨ ਦੀਆਂ 8 ਛੜਾਂ ਲੈ ਕੇ ਜਾ ਰਿਹਾ ਸੀ ਸਪਾਹੀ ਨੇ ਉਸ ਨੂੰ ਰੋਕਿਆ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਚੰਗਾ ਇਹ ਹੋਇਆ ਕਿ ਸਪਾਹੀ ਵੀ ਬਚ ਗਿਆ ਅਤੇ ਸੋਨਾ ਵੀ ਤਸਕਰ ਉੱਥੇ ਹੀ ਛੱਡ ਕੇ ਭੱਜ ਗਿਆ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਰਨਲ ਸੁਨਰਾਜਨ ਪਦਮ ਨਾਬਨ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ ਜਨਰਲ ਪਦਮ ਨਾਬਨ ਨੂੰ ਪੈਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ 30 ਸਤੰਬਰ 2001 ਤੋਂ 31 ਦਸੰਬਰ 2001 ਤੱਕ ਉਹਨਾਂ ਨੇ ਫੌਲ ਸੈਨਾ ਮੁਖੀ ਵਜੋਂ ਸੇਵਾ ਕੀਤੀ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਬੰਗਲਾਦੇਸ਼ ਦੇ ਸਾਬਕਾ ਪੀਐਮ ਸ਼ੇਖ ਹਸਿਨਾ ਨਾਲ ਜੁੜੀ ਖਬਰ ਹੈ ਬੰਗਲਾਦੇਸ਼ ਦੇ ਵਿੱਚ ਵਿਵਾਦਿਤ ਰਾਖਵਕਰਨ ਪ੍ਰਣਾਲੀ ਦੇ ਖਿਲਾਫ ਅੰਦੋਲਨ ਦੌਰਾਨ ਮੱਛੀ ਵਪਾਰੀ ਦੀ ਮੌਤ ਕਾਰਨ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਉਹਨਾਂ ਦੀ ਸਰਕਾਰ ਦੇ ਸਾਬਕਾ ਮੰਤਰੀਆਂ ਸਮੇਤ 62 ਜਣਾਂ ਖਿਲਾਫ ਕਤਲ ਦਾ ਨਵਾਂ ਕੇਸ ਦਰਜ ਕੀਤਾ ਗਿਆ ਹੈ ਜਾਣਕਾਰੀ ਮਿਲੀ ਹੈ ਕਿ ਹਸੀਨਾ ਦੇ ਖਿਲਾਫ ਹੋਰ ਵੀ ਕਈ ਮਾਮਲੇ ਦਰਜ ਕੀਤੇ ਗਏ ਨੇ ਜੋ ਸਰਕਾਰੀ ਨੌਕਰੀਆਂ ਵਿੱਚ ਰੈਜ਼ਰਵੇਸ਼ਨ ਪ੍ਰਣਾਲੀ ਖਿਲਾਫ ਵਿਆਪਕ ਪ੍ਰਦਰਸ਼ਨਾਂ ਕਰਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ 5 ਅਗਸਤ ਨੂੰ ਭਾਰਤ ਪਹੁੰਚ ਗਈ ਸੀ ਤੇ ਹਾਲੇ ਤੱਕ ਭਾਰਤ ਵਿੱਚ ਹੀ ਹੈ ਕਿਸੇ ਵੀ ਦੇਸ਼ ਦੇ ਵਿੱਚ ਉਹਨਾਂ ਨੂੰ ਹਾਲੇ ਤੱਕ ਸਿਆਸੀ ਸ਼ਰਨ ਦੀ ਮਨਜ਼ੂਰੀ ਨਹੀਂ ਮਿਲੀ ਹੈ ਇਹ ਮਾਮਲਾ ਮੁਹੰਮਦ ਮਿਲਨ ਦੀ ਪਤਨੀ ਸ਼ਹਿਨਾਜ਼ ਬੇਗਮ ਨੇ ਦਰਜ ਕਰਵਾਇਆ ਹੈ ਮਿਲਨ ਨੂੰ 21 ਜੁਲਾਈ ਨੂੰ ਮੱਛੀ ਬਾਜ਼ਾਰ ਤੋਂ ਪਰਤਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦਾ ਦੌਰਾ ਕਰਨ ਦੇ ਲਈ ਜਾਣਗੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ ਹਾਲਾਂਕਿ ਮੀਡੀਆ ਕਹਿ ਰਿਹਾ ਹੈ ਕਿ ਮੋਦੀ ਇਸ ਸੇਮ ਹਿਨੇ ਕੀਵ ਜਾ ਸਕਦੇ ਹਨ ਚੀਨ ਅਤੇ ਫਿਲੀਪਾਈਨਸ ਦੇ ਤੱਟ ਰੱਖੇਕ ਜਹਾਜ਼ ਅੱਜ ਸਬੀਨਾ ਸ਼ੋਲ ਨਾਮਕ ਖੇਤਰ ਦੇ ਨੇੜੇ ਸਮੁੰਦਰ ਵਿੱਚ ਟਕਰਾ ਗਏ ਜਿਸ ਨਾਲ ਘੱਟੋ ਘੱਟ ਦੋ ਕਿਸ਼ਤੀਆਂ ਨੂੰ ਨੁਕਸਾਨ ਪਹੁੰਚਿਆ ਸਬੀਨਾ ਸ਼ੋਲ ਦੱਖਣੀ ਚੀਨ ਸਾਗਰ ਵਿੱਚ ਪੈਣ ਵਾਲੇ ਦੇਸ਼ਾਂ ਦਰਮਿਆਨ ਚਿੰਤਾਜਨਕ ਤੌਰ ਤੇ ਵਧ ਰਹੇ ਖੇਤਰੀ ਵਿਵਾਦ ਦੇ ਨਵੇਂ ਕੇਂਦਰ ਵਜੋਂ ਉੱਭਰ ਰਿਹਾ ਹੈ ਸਪਰੈਟਲੀ ਟਾਪੂ ਦੇ ਵਿਵਾਦਿਤ ਖੇਤਰ ਸਬੀਨਾ ਸ਼ੋਲ ਨੇੜੇ ਹੋਈ ਇਸ ਟੱਕਰ ਲਈ ਦੋਵਾਂ ਮੁਲਕਾਂ ਦੇ ਦੋਵਾਂ ਮੁਲਕਾਂ ਨੇ ਇੱਕ ਦੂਜੇ ਨੂੰ ਜ਼ਿੰਮੇਵਾਰ ਦੱਸਿਆ ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵੀਅਤਨਾਮ ਤੇ ਤਾਈਵਾਨ ਵੀ ਸਪ੍ਰੈਟਲੀ ਟਾਪੂਆਂ ਤੇ ਦਾਵਾ ਕਰਦੇ ਹਨ ਇਟਲੀ ਦੇ ਸਿਸਲੀ ਕੋਲ ਅੱਜ ਸਵੇਰੇ ਖਰਾਬ ਮੌਸਮ ਕਰਕੇ ਵਿਦੇਸ਼ੀ ਸੈਲਾਨੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬ ਗਈ ਕਿਸ਼ਤੀ ਤੇ ਸਵਾਰ 15 ਜਣਿਆਂ ਨੂੰ ਬਚਾ ਲਿਆ ਗਿਆ ਤੇ 7 ਲਾਪਤਾ ਹਨ ਇਹ ਘਟਨਾ ਪਾਲੇਰਮੋ ਨੇੜੇ ਸਵੇਰੇ 5 ਵਜੇ ਵਾਪਰੀ ਜਿੱਥੇ ਰਾਤ ਭਰ ਤੇਜ਼ ਤੂਫਾਨ ਰਿਹਾ ਕਿਸ਼ਤੀ ਬਰਤਾਨਵੀ ਝੰਡੇ ਵਾਲੀ ਸੀ ਤੇ ਇਹਦੇ ਵਿੱਚ ਜ਼ਿਆਦਾਤਰ ਬਰਤਾਨਵੀ ਯਾਤਰੀ ਸਨ ਪਰ ਨਿਊਜ਼ੀਲੈਂਡ ਸ਼੍ਰੀਲੰਕਾ ਆਇਰਿਸ਼ ਤੇ ਐਂਗਲੋ-ਫ੍ਰਾਂਸੀਸੀ ਨਾਗ ਸਵਾਰਸਨ ਲਾਪਤਾ ਵਿਅਕਤੀ ਨੂੰ ਲੱਭਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ ਪ੍ਰਾਈਮ ਟਾਈਮ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਹਾ ਕਰੋ ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ ਧੰਨਵਾਦ